ਅੱਜ ਦਾ ਮੁੱਦਾ ਮੈਂ ਹਾਂ ਤੁਹਾਡੇ ਨਾਲ ਹਰਕੀਰਤ ਸਿੰਘ ਆਹਲੂਵਾਲੀਆ ਅਤੇ ਰੋਜ਼ਾਨਾ ਇਸ ਮੰਚ ਨੂੰ ਸਜਾਉਂਦੇ ਹਾਂ ਔਰ ਅਹਿਮ ਜਿਹੜੇ ਮਸਲੇ ਹਨ ਔਰ ਉਹਨਾਂ ਇਸ਼ੂਜ਼ ਦੀ ਹਮੇਸ਼ਾ ਗੱਲ ਕਰਦੇ ਹਾਂ ਅਤੇ ਅੱਜ ਵੀ ਇੱਕ ਅਜਿਹਾ ਵਿਸ਼ਾ ਅਸੀਂ ਇਸ ਮੰਚ ਦੇ ਉੱਤੇ ਰੱਖਾਂਗੇ ਜਿਹਦੇ ਉੱਤੇ ਜਾਣਨਾ ਜਿਹਦੇ ਉੱਤੇ ਗੱਲ ਕਰਨੀ ਬਹੁਤ ਲਾਜ਼ਮੀ ਬਣ ਗਈ ਹੈ। ਕਈ ਸਾਰੀਆਂ ਖਬਰਾਂ ਜਿਹੜੀਆਂ ਉਹ ਮਾਰਕੀਟ ਦੇ ਵਿੱਚ ਔਰ ਮੀਡੀਆ ਦੇ ਵਿੱਚ ਔਰ ਤੁਸੀਂ ਜਿੱਥੇ ਵੀ ਜਾਂਦੇ ਹੋ ਜਿੱਥੇ ਵੀ ਗੈਟ ਟੂਗੈਦਰ ਹੁੰਦੀ ਹੈ ਤਾਂ ਟੇਬਲ ਦੇ ਉੱਤੇ ਹਮੇਸ਼ਾ ਵਿਚਾਰ ਕੀਤੇ ਜਾਂਦੇ ਨੇ ਯਾਰ ਕੀ ਬਣੇਗਾ ਦੇਸ਼ ਦਾ ਜਾਂ ਫਿਰ ਕੀ ਬਣੇਗਾ ਇਸ ਮਸਲੇ ਦਾ, ਹਮੇਸ਼ਾ ਅਸੀਂ ਟੇਬਲ ਟੋਕ ਕਰਦੇ ਹਾਂ। ਲੇਕਿਨ ਅੱਜ ਜਿਸ ਇਸ਼ੂ ਦੇ ਉੱਤੇ ਗੱਲ ਕਰ ਰਿਹਾ ਉਹ ਟੇਬਲ ਟੋਕ ਦੇ ਨਾਲ ਨਾਲ ਵਰਲਡ ਦੀ ਪੋਲੀਟਿਕਸ ਦੇ ਵਿੱਚ ਵੀ ਅਹਿਮ ਇਸ਼ੂ ਬਣ ਚੁੱਕਿਆ ਔਰ ਇਸ ਇਸ਼ੂ ਨੂੰ ਸਮਝਣਾ ਕਿ ਅੱਗੇ ਕੀ ਹੋਏਗਾ, ਇਹਦੇ ਕੀ ਕੋਨਸੀਕੁਐਂਸਿਸ ਹੋ ਸਕਦੇ ਹਨ ਔਰ ਕੀ ਇਹਦਾ ਜਿਹੜਾ ਨੁਕਸਾਨ ਹੈਗਾ ਉਹ ਸਾਡੀ ਨਿੱਜੀ ਜ਼ਿੰਦਗੀ ਨੂੰ ਸਾਡੇ ਬਿਜ਼ਨਸ ਨੂੰ ਹੋ ਸਕਦਾ, ਜਾਂ ਫਿਰ ਅਗਰ ਇਹ ਹੋਇਆ ਤਾਂ ਫਿਰ ਬਿਜ਼ਨਸ ਨੂੰ ਪ੍ਰੋਫਿਟ ਵੀ ਕਿਵੇਂ ਹੋ ਸਕਦਾ। ਤਾਂ ਦੋਵੇਂ ਗੱਲਾਂ ਅੱਜ ਇਸ ਮੰਚ ਦੇ ਉੱਤੇ ਰੱਖਣੀਆਂ ਜ਼ਰੂਰੀਆਂ ਹਨ। ਜਦ ਸਰੀਰ ਨੂੰ ਜੰਗ ਲੱਗ ਜਾਂਦਾ ਤਾਂ ਫਿਰ ਸਾਡਾ ਸਰੀਰ ਕੰਮ ਕਰਨਾ ਬੰਦ ਕਰ ਦਿੰਦਾ ਕਿਉਂਕਿ ਉਹ ਜੰਗ ਅਜਿਹਾ ਹੁੰਦਾ ਕਿ ਤੁਹਾਡੀ ਪੂਰੀ ਹੈਲਥ ਸਿਸਟਮ ਨੂੰ ਉਹ ਵਿਗਾੜ ਕੇ ਰੱਖ ਦਿੰਦਾ ਔਰ ਜਦ ਸਾਡੀ ਰਫਤਾਰ ਨੂੰ ਜੰਗ ਲੱਗ ਜਾਂਦਾ ਤਾਂ ਫਿਰ ਉਹ ਸਾਡੀ ਉਸ ਰਫਤਾਰ ਨੂੰ ਜਿਸ ਤਰੀਕੇ ਨਾਲ ਅਸੀਂ ਕੰਮ ਕਰਦੇ ਹਾਂ ਜਾਂ ਫਿਰ ਜਿਸ ਤਰੀਕੇ ਨਾਲ ਅਸੀਂ ਅੱਗੇ ਵੱਧਦੇ ਹਾਂ ਉਹਨੂੰ ਵੀ ਘੱਟ ਕਰ ਦਿੰਦਾ, ਯਾਨੀ ਕਿ ਜੰਗ ਲੱਗਣਾ ਬਹੁਤ ਹੀ ਬੁਰਾ ਹੈਗਾ। ਲੇਕਿਨ ਜਦ ਮੈਂ ਜੰਗ ਦੀ ਗੱਲ ਕਰਦਾ ਤਾਂ ਇੱਕ ਮੈਡੀਕਲ ਟਰਮ ਉਹਨੂੰ ਕਿਹਾ ਜਾਂਦਾ ਹੈ ਵਾਇਰਸ, ਔਰ ਇੱਕ ਅਜਿਹਾ ਵਾਇਰਸ ਜੋ ਕਿ ਅੱਜ ਵਿਸ਼ਵ ਦੇ ਵਿੱਚ ਹਰ ਟੇਬਲ ਦੇ ਉੱਤੇ ਜਿਹਦੀ ਚਰਚਾ ਹੋ ਰਹੀ ਹੈ ਉਹ ਹੈਗਾ ਕਰੋਨਾ ਵਾਇਰਸ। ਕਰੋਨਾ ਵਾਇਰਸ ਚਾਈਨਾ ਦੇ ਵਿੱਚ ਸਭ ਤੋਂ ਪਹਿਲਾਂ ਵੇਖਿਆ ਗਿਆ, ਉਸ ਤੋਂ ਬਾਅਦ ਕਈ ਸਾਰੇ ਕੇਸਿਸ ਚਾਈਨਾ ਤੋਂ ਲੈ ਕੇ ਵਰਲਡ ਦੇ ਹਰ ਅਹਿਮ ਸ਼ਹਿਰ ਦੇ ਵਿੱਚ ਸਾਹਮਣੇ ਰਿਪੋਰਟਸ ਆਈਆਂ ਔਰ ਇਸ ਕਰੋਨਾ ਵਾਇਰਸ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ, ਆਖਿਰਕਾਰ ਇਹ ਵਾਇਰਸ ਹੈ ਕੀ। ਇਸ ਵਾਇਰਸ ਤੋਂ ਬਾਅਦ ਜਦ ਇਹ ਵਰਲਡ ਦੀ ਪੋਲੀਟਿਕਸ ਦੇ ਵਿੱਚ ਪਹੁੰਚਿਆ ਤਾਂ ਕਈ ਸਾਰੇ ਇਸ਼ੂਜ਼ ਇਸ ਵਾਇਰਸ ਤੋਂ ਬਾਅਦ ਖੜ੍ਹੇ ਹੋਏ, ਭਾਵੇਂ ਉਹ ਇਸ਼ੂ ਹੈਲਥ ਸਿਸਟਮ ਨੂੰ ਨਾਲ ਸੰਬੰਧਿਤ ਹੋਵੇ, ਭਾਵੇਂ ਉਹ ਚੈਲੰਜ ਹੋਏ ਕਿ ਸਾਡੀ ਅੱਜ ਅਸੀਂ ਇੰਨੇ ਵਿਗਿਆਨ ਦੀ ਇਸ ਜ਼ਿੰਦਗੀ ਦੇ ਵਿੱਚ ਅੱਗੇ ਵੱਧ ਰਿਹਾ ਜਿੱਥੇ ਵਿਗਿਆਨ ਸਭ ਤੋਂ ਵੱਡਾ ਹੋ ਚੁੱਕਿਆ, ਲੇਕਿਨ ਅੱਜ ਵੀ ਵਾਇਰਸ ਇਸ ਕਰੋਨਾ ਦੇ ਮੈਡੀਕਲ ਸਿਧਾਂਤਾਂ ਨੂੰ ਲੈ ਕੇ ਜੇਕਰ ਅਸੀਂ ਗੱਲ ਕਰੀਏ ਤਾਂ ਕੀ ਕੁਝ ਇਸ ਵਾਇਰਸ ਨੂੰ ਲੈ ਕੇ ਇਨਵੈਂਟ ਕੀਤਾ ਗਿਆ, ਕੀ ਅਜੇ ਤੱਕ ਕੋਈ ਵੈਕਸੀਨੇਸ਼ਨ ਇਹਨੂੰ ਲੈ ਕੇ ਆਈ ਹੈ, ਜਾਂ ਫਿਰ ਇਹ US ਦੇ ਵਿੱਚ ਵੀ ਕਿਸ ਕਦਰ ਫੈਲ ਰਿਹਾ, ਔਰ ਜਦ ਮੈਂ ਗੱਲ ਬਿਜ਼ਨਸ ਦੀ ਕਰਦਾ ਤਾਂ ਇਹ ਕਿਵੇਂ ਤੁਹਾਨੂੰ ਨੁਕਸਾਨ ਪਹੁੰਚਾ ਰਿਹਾ, ਕਈਆਂ ਨੂੰ ਨੁਕਸਾਨ ਹੁੰਦਾ ਹੋਇਆ ਨਜ਼ਰ ਆ ਰਿਹਾ, ਕਈਆਂ ਨੂੰ ਲੱਗਦਾ ਕਿ ਇਹ ਯੂਨਾਈਟਿਡ ਸਟੇਟਸ ਆਫ ਅਮੈਰੀਕਾ ਦੀ ਇਸ ਧਰਤੀ ਦੇ ਲਈ ਰੈਵਨਿਊ ਦੇ ਲਈ ਬਹੁਤ ਵਧੀਆ ਹੈਗਾ ਔਰ ਇਕੋਨਮੀ ਜਿਹੜੀ ਹੈਗੀ ਇਹਦੇ ਨਾਲ ਵਧੀਆ ਹੋ ਸਕਦੀ ਹੈ, ਕਿਉਂਕਿ ਕਈ ਸਾਰੇ ਜਿਹੜੇ ਇਹਦੇ ਐਡਵਾਂਟੇਜਸ ਔਰ ਡਿਸਐਡਵਾਂਟੇਜਸ ਨੇ ਉਹ ਨਜ਼ਰ ਆ ਰਹੇ ਨੇ। ਤਾਂ ਅੱਜ ਮੈਂ ਇਸ ਮੰਚ ਦੇ ਉੱਤੇ ਸਾਡੇ ਕਈ ਸਾਰੇ ਲੋਕ ਇਸ ਵਿਸ਼ੇ ਦੇ ਉੱਤੇ ਜਾਣਨਾ ਚਾਹੁੰਦੇ ਸੀ ਕਿ ਆਖਿਰਕਾਰ ਇਹਦਾ ਇਨ ਫਿਊਚਰ ਕੀ ਕੁਝ ਅਸੀਂ ਇੰਪਲੀਮੈਂਟੇਸ਼ਨ ਗਰਾਊਂਡ ਲੈਵਲ 'ਤੇ ਵੇਖਾਂਗੇ। ਪ੍ਰੋਡਕਸ਼ਨ ਸਾਨੂੰ ਪਤਾ ਹੈ ਕਿ ਚਾਈਨਾ ਦੇ ਵਿੱਚ ਸਭ ਤੋਂ ਜ਼ਿਆਦਾ ਹੁੰਦੀ ਹੈ, ਭਾਵੇਂ ਉਹ ਇੰਡਸਟਰੀ ਕਲੋਥਿੰਗ ਦੀ ਹੋਵੇ, ਫੂਡ ਦੀ ਹੋਵੇ, ਭਾਵੇਂ ਐਸੈਸਰੀਜ਼ ਦੀ ਹੋਵੇ, ਤਾਂ ਹਰ ਮੈਂ ਕਹਿ ਸਕਦਾ ਕਿ ਕੰਟਰੀ ਦੇ ਵਿੱਚ ਅੱਜ ਚਾਈਨਾ ਆਪਣਾ ਮਾਲ ਪਹੁੰਚਾਉਣ ਦੇ ਵਿੱਚ ਕਾਮਯਾਬ ਹੋ ਰਿਹਾ। ਰਿਪੋਰਟਾਂ ਇਹ ਵੀ ਆਈਆਂ ਕਿ ਚਾਈਨੀਜ਼ ਲੋਕਾਂ ਤੋਂ ਤੁਸੀਂ ਦੂਰ ਰਹੋ, ਜਿਨ੍ਹਾਂ ਨੇ ਮਾਸਕ ਨਹੀਂ ਲਾਇਆ ਹੋਇਆ, ਚਾਈਨੀਜ਼ ਫੂਡ ਨਾ ਖਾਓ। ਲੇਕਿਨ ਜਿਸ ਦੇਸ਼ ਦੀ ਇਕੋਨਮੀ ਚਾਈਨਾ ਦੇ ਪ੍ਰੋਡਕਟਸ ਨਾਲ ਲੱਗਦੀ ਹੈ ਜਾਂ ਫਿਰ ਚੱਲਦੀ ਹੈ ਉਸ ਦੇਸ਼ ਨੂੰ ਕਿਵੇਂ ਨੁਕਸਾਨ ਹੋ ਸਕਦਾ। ਪਰ ਅੱਜ ਜਿਸ ਕੰਟਰੀ ਦੇ ਵਿੱਚ ਅਸੀਂ ਰਹਿ ਕੇ ਜਿਸ ਕੰਟਰੀ ਦੀ ਗੱਲ ਅਸੀਂ ਕਰਦੇ ਹਾਂ, USA ਦੇ ਵਿੱਚ ਕਰੋਨਾ ਵਾਇਰਸ ਦਾ ਕੀ ਇਫੈਕਟ ਸਾਡੀ ਹੈਲਥ ਦੇ ਨਾਲ, ਸਾਡੇ ਬਿਜ਼ਨਸ ਦੇ ਨਾਲ। ਬਿਜ਼ਨਸ ਦੀ ਜਦ ਮੈਂ ਗੱਲ ਕਰਦਾ, ਸਾਡੇ ਪੰਜਾਬੀਆਂ ਦੇ ਸਭ ਤੋਂ ਅਹਿਮ ਬਿਜ਼ਨਸ ਨੇ ਗੈਸ ਸਟੇਸ਼ਨਸ, ਗਰੋਸਰੀ ਸਟੋਰਸ, ਟਰੱਕਿੰਗ ਬਿਜ਼ਨਸ, ਅਤੇ ਇਹਨਾਂ ਬਿਜ਼ਨਸ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੁਝ ਇਫੈਕਟ ਹੋ ਸਕਦੇ ਹਨ ਜਾਂ ਫਿਰ ਕੀ ਕੁਝ ਪ੍ਰੋਫਿਟ ਵੀ ਹੋ ਸਕਦਾ, ਇਹ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ।
ਨਿਊਯਾਰਕ ਦੇ ਉਂਗੇ ਬਿਜ਼ਨਸਮੈਨਸ ਮੇਰੇ ਨਾਲ ਅੱਜ ਇਸ ਮੰਚ ਦੇ ਉੱਤੇ ਜੁੜਨਗੇ। ਤੁਸੀਂ ਉਹਨਾਂ ਨੂੰ ਸਾਡੇ ਇਸ ਪਲੇਟਫਾਰਮ ਦੇ ਉੱਤੇ ਯਾਨੀ ਕਿ ਜਸ ਪੰਜਾਬੀ ਦੇ ਉੱਤੇ ਕਈ ਵਾਰ ਉਹਨਾਂ ਨੂੰ ਵੇਖਿਆ, ਕੋਈ ਰੀਅਲ ਇਸਟੇਟ ਨਾਲ ਰਾਬਤਾ ਰੱਖਦਾ, ਕੋਈ ਕਲੋਥ ਇੰਡਸਟਰੀ ਦੇ ਨਾਲ ਰਾਬਤਾ ਰੱਖਦਾ, ਕੋਈ ਮੋਰਗੇਜ ਬਿਜ਼ਨਸ ਦੇ ਨਾਲ ਰਾਬਤਾ ਰੱਖਦਾ। ਅਤੇ ਯਾਨੀ ਕਿ ਇਨ ਫਿਊਚਰ ਆਉਣ ਵਾਲੇ ਸਮੇਂ ਦੇ ਵਿੱਚ ਕਰੋਨਾ ਵਾਇਰਸ ਦਾ ਇਫੈਕਟ ਇਕੋਨਮੀ ਦੇ ਉੱਤੇ, ਬਿਜ਼ਨਸ ਦੇ ਉੱਤੇ ਕਿਸ ਤਰੀਕੇ ਦਾ ਪਵੇਗਾ, ਇਸ ਨੂੰ ਜਾਣਨ ਦੀ ਕੋਸ਼ਿਸ਼ ਕਰਾਂਗੇ ਅੱਜ ਇਸ ਪ੍ਰੋਗਰਾਮ ਦੇ ਤਹਿਤ। ਇਹ ਮਸਲਾ ਨਹੀਂ, ਇਹ ਮੁੱਦਾ ਹੈ, ਔਰ ਇਹੀ ਹੈ ਅੱਜ ਦਾ ਮੁੱਦਾ। ਕਰਾਂਗੇ ਬ੍ਰੇਕ ਤੋਂ ਉਸ ਪਾਰ ਇਸ ਵਿਸ਼ੇ ਦੇ ਉੱਤੇ ਗੱਲਬਾਤ। ਅਤੇ ਬਸ ਸਵਾਗਤ ਹੈ, ਗੱਲ ਅੱਜ ਹੋ ਰਹੀ ਹੈ ਇਸ ਮੰਚ ਦੇ ਉੱਤੇ ਕਰੋਨਾ ਵਾਇਰਸ ਦੀ, ਔਰ ਕਰੋਨਾ ਵਾਇਰਸ ਕਿਵੇਂ USA ਦੇ ਵਿੱਚ ਸਮਾਲ ਅਤੇ ਲਾਰਜ ਸਕੇਲ ਬਿਜ਼ਨਸਿਸ ਨੂੰ ਕੀ ਉਹ ਪਹੁੰਚਾ ਸਕਦਾ, ਭਾਵੇਂ ਉਹ ਫਾਇਦਾ ਹੋਵੇ ਜਾਂ ਫਿਰ ਨੁਕਸਾਨ ਹੋਵੇ, ਕਿਉਂਕਿ ਕਾਫੀ ਸਾਰੇ ਅਫਵਾਹਾਂ ਦਾ ਬਾਜ਼ਾਰ ਜਿਹੜਾ ਹੈਗਾ ਇਸ ਟਾਈਮ ਗਰਮ ਹੋਇਆ ਹੋਇਆ। ਅਤੇ ਮੇਰੇ ਨਾਲ ਮੰਚ 'ਤੇ ਵਿਰਾਜਮਾਨ ਹਨ ਸਤਬੀਰ ਸਿੰਘ ਬੇਦੀ। ਵੈਸੇ ਇਹ ਉਂਗੇ ਕਾਰੋਬਾਰੀ ਹਨ, ਔਰ ਜਦ ਗੱਲ ਪੋਲੀਟਿਕਸ ਦੀ ਆਉਂਦੀ ਹੈ ਤਾਂ ਉੱਥੇ ਵੀ ਅਹਿਮ ਭੂਮਿਕਾ ਨਿਭਾਉਂਦੇ ਹਨ, ਔਰ ਜਦ ਗੱਲ ਸਮਾਜਿਕ ਦੀ ਆਉਂਦੀ ਹੈ, ਸੋਸ਼ਲ ਸਰਵਿਸ ਦੀ ਆਉਂਦੀ ਹੈ, ਤਾਂ ਵੀ ਸਤਬੀਰ ਸਿੰਘ ਬੇਦੀ ਹਮੇਸ਼ਾ ਅੱਗੇ ਰਹਿੰਦੇ ਹਨ, ਔਰ ਜਦ ਗੱਲ ਐਂਟਰਟੇਨਮੈਂਟ ਅਤੇ ਗਲੈਮਰ ਇੰਡਸਟਰੀ ਦੀ ਆਉਂਦੀ ਹੈ ਤਾਂ ਵੀ ਸਤਬੀਰ ਸਿੰਘ ਬੇਦੀ ਹਮੇਸ਼ਾ ਆਪਣੀ ਅਹਿਮ ਭੂਮਿਕਾ ਨਿਭਾਉਂਦੇ ਹਨ। ਸੋ ਸਤਬੀਰ, ਮੈਂ ਜਾਣਨਾ ਚਾਹਾਂਗਾ ਕਿ ਕਰੋਨਾ ਵਾਇਰਸ ਨੂੰ ਲੈ ਕੇ ਸਭ ਤੋਂ ਪਹਿਲਾਂ ਤੁਹਾਡੇ ਕੀ ਓਪਨਿੰਗ ਕਮੈਂਟ ਹਨ, ਔਰ ਬਹੁਤ ਸਾਰੀਆਂ ਅਫਵਾਹਾਂ ਦਾ ਜਿਹੜਾ ਬਾਜ਼ਾਰ ਆ ਗਰਮ ਹੋਇਆ ਹੋਇਆ। ਦੇਖੋ ਜੀ, ਕਰੋਨਾ ਵਾਇਰਸ ਜਿੱਥੇ ਗੱਲ ਆਉਂਦੀ ਹੈ ਹੈਲਥ ਦੀ, ਆਬਵੀਅਸਲੀ ਕਿਸੇ ਨੂੰ ਵੀ ਕੁਛ ਪਤਾ ਲੱਗੇ ਕਿ ਯਾਰ ਡਿਜ਼ੀਜ਼ ਫੈਲ ਰਹੀ ਹੈ ਤਾਂ ਸਾਰੇ ਥੋੜ੍ਹੇ ਨਰਵਸ ਹੋ ਜਾਂਦੇ ਹੈ। ਜਿਹੜਾ ਮਰਜ਼ੀ ਹੋਵੇ, ਜਿਹੜੇ ਮਰਜ਼ੀ ਕਲਚਰ ਰਿਲੀਜਨ ਤੋਂ ਹੋਵੋ, ਤੁਸੀਂ ਸਾਰੇ ਨਰਵਸ ਹੋ ਜਾਂਦੇ ਹੋ, ਹੋ ਕੀ ਰਿਹਾ। ਅਤੇ ਜਿੱਥੇ ਕਹਿੰਦੇ ਆ ਕਿ ਚਾਈਨਾ 'ਚ ਕਰੋਨਾ ਵਾਇਰਸ ਹੈ, ਅੱਜ ਕੱਲ੍ਹ ਦੁਨੀਆ ਇੰਨੀ ਛੋਟੀ ਹੋ ਗਈ ਹੈ ਕਿ ਸਾਡੇ ਬੜੇ ਇੰਡੀਅਨ ਜਿਹੜੇ ਹੈਗੇ ਆ ਉਹ ਸਾਰੇ ਚਾਈਨਾ ਜਾਂਦੇ ਆ। ਮੇਰਾ ਭਰਾ ਵੀ ਚਾਈਨਾ ਜਾਂਦਾ, ਮੇਰੇ ਮਾਂ ਪਿਓ ਵੀ ਜਾਂਦੇ ਆ, ਸਾਡਾ ਬਿਜ਼ਨਸ ਵੀ ਚਾਈਨਾ 'ਚ ਹੈਗਾ, ਬੜਾ ਕਲੋਥਿੰਗ ਇੰਡਸਟਰੀ ਦਾ ਬਿਜ਼ਨਸ ਹੈਗਾ। ਪਰ ਓਵਰਆਲ ਤੁਸੀਂ ਹਰ ਚੀਜ਼ ਦੇਖੋ ਜਿਹੜੀ ਚਾਈਨਾ 'ਚ ਬਣਦੀ ਹੈ, ਪਲਾਸਟਿਕ ਦੀਆਂ ਚੀਜ਼ਾਂ ਚਾਈਨਾ ਤੋਂ ਆ ਰਹੀਆਂ, ਸੈੱਲ ਫੋਨ, ਐਪਲ ਦੀ ਅੱਜ ਨਿਊਜ਼ ਆਈ ਹੈ 80 million ਫੋਨ ਉਹਨਾਂ ਨੇ ਬਣਾਉਣੇ ਸੀਗੇ, 80 million ਫੋਨ ਦੀ ਪ੍ਰੋਡਕਸ਼ਨ ਮਾਰਚ 'ਚ ਰਿਲੀਜ਼ ਹੋਣੀ ਸੀ, ਡਿਲੇਅ ਹੋ ਚੁੱਕੀ ਹੈ, ਰਾਈਟ? ਦੀਸ ਆਰ ਲਿਟਲ ਥਿੰਗਸ। ਐਕਚੁਲੀ ਲੋਕ ਇਹ ਨਿਊਜ਼ ਸੁਣ ਕੇ ਡਰ ਜਾਂਦੇ ਆ, ਪਰ ਉਹਦਾ ਪੋਜ਼ਿਟਿਵ ਇਫੈਕਟ ਵੀ ਬੜਾ ਹੁੰਦਾ ਜਿਹਦੇ ਬਾਰੇ ਅਸੀਂ ਗੱਲ ਕਰਾਂਗੇ। ਪਰ ਮੋਰ ਇੰਪੋਰਟੈਂਟਲੀ ਤੁਹਾਡੇ ਕਲੋਥਿੰਗ ਇੰਡਸਟਰੀ ਦੀ, ਤੁਹਾਡੀ ਮੈਨੂਫੈਕਚਰਿੰਗ ਦੀ, ਹੁਣ ਮੈਨੂਫੈਕਚਰਿੰਗ ਦੀ ਗੱਲ ਕਰੋ, ਕਹੋ ਯਾਰ ਚਾਈਨਾ ਤੋਂ ਮਾਲ ਆ ਰਿਹਾ ਸਾਨੂੰ ਕਿੱਦਾਂ ਇਫੈਕਟ ਕਰੇਗਾ? ਪਲਾਸਟਿਕ ਤਾਂ ਆਉਣਾ ਹੀ ਆਉਣਾ। ਦੇਖੋ ਜੀ, ਪਲਾਸਟਿਕ ਨੇ ਆਉਣਾ, ਪਰ ਐਗਰੀਕਲਚਰ ਨੇ ਜਿਹੜਾ ਮਾਲ ਪੈਕੇਜ ਕਰਨਾ ਹੈ ਅਤੇ ਬਾਕਸਿਸ ਜਿਹੜੇ ਯੂਜ਼ ਹੁੰਦੇ ਆ ਉਹ ਇੱਥੇ ਨਹੀਂ ਬਣਦੇ, ਉਹ ਬਾਹਰੋਂ ਦੀ ਆਉਂਦੇ ਆ। ਸੋ ਕੀ ਹੁੰਦਾ ਕਿ ਸਾਰੀਆਂ ਇੰਡਸਟਰੀਆਂ ਨੂੰ ਇਫੈਕਟ ਹੁੰਦਾ। ਸਾਡੇ ਜਿਹੜੇ ਟਰੱਕਰਸ ਹੈਗੇ ਆ, ਅਗਰ ਮਾਲ ਆ ਨਹੀਂ ਰਿਹਾ ਤਾਂ ਆਬਵੀਅਸਲੀ ਟਰੱਕਰਸ ਨੂੰ ਵੀ ਇਫੈਕਟ ਹੋਏਗਾ, ਸ਼ਿਪਮੈਂਟਾਂ ਘੱਟ ਕਰੋਸ ਕੰਟਰੀਆਂ ਜਾਣਗੀਆਂ, ਜਿਹੜੇ ਸਾਡੇ ਟਰੱਕਰ ਵੀਰ ਹੈਗੇ ਆ ਅਤੇ ਭੈਣਾਂ ਹੈਗੀਆਂ ਜਿਹੜੇ ਟਰੱਕ ਚਲਾਉਂਦੇ ਆ, ਅਤੇ ਉਨੀ ਵੀ ਥੋੜ੍ਹੇ ਬਹੁਤੇ ਇਫੈਕਟ ਹੋਣਗੇ। ਪਰ ਇਹਦਾ ਮਤਲਬ ਇਹ ਨਹੀਂ ਕਿ ਬੰਦਾ ਨਰਵਸ ਹੋ ਜਾਏ, ਬਿਕੋਜ਼ ਐਵਰੀ ਡਾਊਨਫਾਲ ਹੈਜ਼ ਐਨ ਅਪਸਾਈਡ ਟੂ ਇਟ, ਵਟ ਆਈ ਫੀਲ ਕਿ ਜਿਹੜੀ ਅਪਸਾਈਡ ਤੁਸੀਂ ਦੇਖੋਗੇ ਨੈਕਸਟ 3-4 ਮਹੀਨਿਆਂ 'ਚ। ਅੱਛਾ, ਹੁਣ ਇਹਨਾਂ ਨੇ ਅੱਜ ਦੀ ਨਿਊਜ਼ ਸੀਗੀ ਕਿ 23 ਕਨਫਰਮਡ ਕੇਸਿਸ ਆਫ ਕਰੋਨਾ ਵਾਇਰਸ US 'ਚ ਵੀ ਹੈ, ਪਰ ਸਾਡੇ ਕੋਲ ਇੰਨਾ ਫੈਸਿਲਿਟੀ ਹੈਗੀ ਹੈ US 'ਚ ਕਿ ਜਦੋਂ ਕਹਿੰਦੇ ਆ ਕੁਆਰੰਟੀਨ, ਕਿਸੇ ਨੂੰ ਬੰਦੇ ਨੂੰ ਸਾਈਡ 'ਤੇ ਕਰਕੇ ਸਿਸਟਮ ਤੋਂ ਅਲੱਗ ਕਰ ਦਿਉ, ਕੁਆਰੰਟੀਨ ਕਰ ਦਿਉ, ਕੁਆਰੰਟੀਨ ਦਾ ਮਤਲਬ ਅਲੱਗ ਕਰ ਦਿੱਤਾ ਪੂਰੇ ਸੁਸਾਇਟੀ ਤੋਂ, ਜਦ ਤੱਕ ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਬੰਦਾ ਸਹੀ ਹੈ ਕਿ ਨਹੀਂ, ਜਾਂ ਫੀਵਰ ਹੈ ਜਾਂ ਕੀ ਹੈਲਥ ਦਾ ਕੀ ਹੈ ਉਹਦਾ ਇਸ਼ੂ, ਤਦ ਤੱਕ ਉਹਨੀ ਬਾਹਰ ਨਹੀਂ ਨਿਕਾਲਣਗੇ ਬੰਦਿਆਂ ਨੂੰ ਜਿਹੜੇ ਸਾਰੇ ਪਲੇਨ ਤੋਂ ਚਾਈਨਾ ਤੋਂ ਇੱਥੇ ਆਏ। ਹੁਣ ਗੱਲ ਆਉਂਦੀ ਹੈ ਸਾਡੇ ਲੋਕਲ ਬਿਜ਼ਨਸਿਸ ਦੀ, ਰਾਈਟ? ਖਾਣਾ ਪੀਣਾ ਅਸੀਂ ਬਾਹਰ ਖਾਂਦੇ ਹਾਂ, ਰਾਈਟ? ਇੰਡੀਅਨ ਫੂਡ ਤਾਂ ਸਾਡੇ ਘਰ ਬਣਦਾ, ਜਦੋਂ ਸਾਡੀ ਫੈਮਿਲੀ ਬਾਹਰ ਜਾਂਦੀ ਹੈ ਬੱਚਿਆਂ ਦੇ ਨਾਲ, ਅਸੀਂ ਕਹਿੰਦੇ ਯਾਰ ਕੀ ਖਾਣਾ ਬਾਹਰ, ਚਲੋ ਯਾਰ ਥਾਈ ਫੂਡ ਖਾ ਲਈਏ ਜਾਂ ਚਾਈਨੀਜ਼ ਫੂਡ ਖਾ ਲਈਏ ਜਾਂ ਇੱਥੇ ਬਾਹਰ ਜਾਂਦੇ ਹਾਂ। ਰੀਅਲਿਸਟਿਕਲੀ ਈਵਨ ਦੋ ਸਾਨੂੰ ਪਤਾ ਕਿ ਇੱਥੇ ਕੁਛ ਨਹੀਂ ਹੈ, ਰਾਈਟ, ਲੋਕਲੀ ਸਾਡੇ ਕੁਛ ਨਹੀਂ ਹੈ, ਪਰ ਦਿਲ ਚ ਆਉਂਦਾ ਕਿ ਯਾਰ ਨਾ ਹੀ ਜਾਈਏ, ਚੰਗਾ ਥੋੜ੍ਹੀ ਜਿਹੀ ਸੇਫਟੀ ਪ੍ਰਿਕੋਸ਼ਨ ਯੂਜ਼ ਕਰੀਏ। ਸੋ ਥੋੜ੍ਹਾ ਬਹੁਤਾ ਇਫੈਕਟ ਹੈ, ਪਰ ਸੁਨ ਨਾਫ ਪਤਾ ਲੱਗ ਜਾਏਗਾ ਕਿ ਰੀਅਲੀ ਇਹ ਡਿਜ਼ੀਜ਼ ਕੀ ਆ। ਅਫਵਾਹਾਂ ਫੈਲਦੀਆਂ ਕਿ ਹਾਏ ਕਰੋਨਾ ਵਾਇਰਸ, ਇੰਨੇ ਬੰਦੇ ਮਰੇ, ਪਰ ਰੀਅਲਿਸਟਿਕਲੀ ਬੜੇ ਜ਼ਿਆਦਾ ਮਰੇ ਆ।
ਅੱਜ ਦੀ ਦੁਨੀਆ 'ਚ ਤਾਂ ਸਭ ਕੁਛ ਔਨਲਾਈਨ ਹੈ ਵੀਰ। ਈਵਨ ਤੁਹਾਡਾ ਮੈਂ ਦੇਖਿਆ ਕਿ ਜਿਹੜਾ ਰੁਝਾਨ ਜਿਹੜਾ ਸਭ ਤੋਂ ਜ਼ਿਆਦਾ ਨਿਕਲ ਕੇ ਇਹਦੇ ਕਰੋਨਾ ਵਾਇਰਸ ਦੇ ਆ ਰਹੇ ਨੇ, ਜਿਹੜੇ ਰਿਜ਼ਲਟ ਨਿਕਲ ਕੇ ਆ ਰਹੇ ਨੇ ਉਹ ਚਾਈਨਾ ਦੇ ਵਿੱਚ ਕੇਸਿਸ ਨੇ। ਪਰ ਕਈ ਵਾਰੀ ਅਫਵਾਹਾਂ ਦਾ ਬਾਜ਼ਾਰ ਇਹ ਵੀ ਗਰਮ ਹੁੰਦਾ ਕਿ ਇਹਦੇ ਪਿੱਛੇ ਪੋਲੀਟੀਕਲ ਕੁਝ ਪ੍ਰੈਸ਼ਰ ਵੀ ਹੋ ਸਕਦਾ ਹੈ। ਐਨ ਇਹ ਵੀ ਲੱਗ ਰਿਹਾ ਕਿ ਇਹ ਟਰੰਪ ਦੀ ਚਾਲ ਹੈ, ਦਿਸ ਐਂਡ ਦੈਟ, ਯੂ ਨੋ, ਦਾ ਕਾਈਂਡ ਆਫ ਟ੍ਰੋਲਸ ਯੂ ਕੈਨ ਸੀ ਔਨ ਸੋਸ਼ਲ ਮੀਡੀਆ। ਸੋ ਵਾਟ ਯੂ ਥਿੰਕ ਔਨ ਦੈਟ? ਪੋਲੀਟੀਕਲ ਐਂਡ ਤੋਂ ਸਪੀਕ ਕੀਤਾ ਜਾਏ ਤਾਂ ਇਟਸ ਲਾਈਕ ਅ ਚੈਸ ਬੋਰਡ ਗੇਮ ਹੈ, ਰਾਈਟ? ਸਾਡੇ ਰੈਗੂਲਰ ਬੰਦਿਆਂ ਨੂੰ ਕਦੀ ਵੀ ਇਹ ਗੇਮ ਨਹੀਂ ਪਤਾ ਲੱਗਣੀ ਕਿ ਹੋ ਕੀ ਰਿਹਾ। ਮਾਸਟਰ ਲੈਵਲ 'ਤੇ, ਵਰਲਡ ਦੇ ਲੈਵਲ 'ਤੇ ਜਿਹੜੇ ਰੀਅਲ ਲੀਡਰ ਹੈਗੇ ਆ ਵਰਲਡ ਦੇ, ਛੋਟੇ ਮੋਟੇ ਨਹੀਂ, ਵਰਲਡ ਦੇ ਲੀਡਰਾਂ ਦੀ ਗੱਲ ਕਰ, ਕਈ ਵਾਰੀ ਪ੍ਰੈਜ਼ੀਡੈਂਟ ਨੂੰ ਨਹੀਂ ਪਤਾ ਹੋ ਰਿਹਾ ਹੁੰਦਾ ਕੀ ਹੋ ਰਿਹਾ, ਪਰ ਉਹਨਾਂ ਦੇ ਸਟਾਫ ਨੂੰ ਸਾਰੀ ਜਾਣਕਾਰੀ ਹੁੰਦੀ ਕੀ ਹੋ ਰਿਹਾ। ਹੁਣ ਪੋਲੀਟੀਕਲ ਲੈਵਲ 'ਤੇ ਅਗਰ ਗੱਲ ਕਰੋ ਤਾਂ ਅਫਵਾਹਾਂ ਇੱਦਾਂ ਦੀਆਂ ਵੀ ਫੈਲ ਰਹੀਆਂ ਕਿ ਆਪ ਹੀ ਡਿਜ਼ੀਜ਼ ਸਟਾਰਟ ਕੀਤੀ ਗਈ ਹੈ। ਇੱਕ ਅਫਵਾਹ ਫੈਲੀ ਸੀਗੀ ਆਪ ਹੀ ਡਿਜ਼ੀਜ਼ ਸਟਾਰਟ ਕੀਤੀ ਗਈ ਹੈ, ਬਿਕੋਜ਼ ਡਿਜ਼ੀਜ਼ ਦੇ ਨਾਲ ਫਿਰ ਕਿਓਰ ਵੀ ਚਾਹੀਦਾ, ਰਾਈਟ? ਤੇ ਕਿਓਰ ਦੇ ਨਾਲ ਪੈਸਾ ਵੀ ਬਣੇਗਾ, ਰਾਈਟ? ਸੋ ਉਹੀ ਗੱਲ ਹੋ ਗਈ ਕਿ ਤਿੰਨ ਮੋਸਟ ਪਾਵਰਫੁਲ ਚੀਜ਼ਾਂ ਵਰਲਡ 'ਚ, ਇੱਕ ਤਾਂ ਰਿਲੀਜਨ ਹੈ ਸਭ ਤੋਂ ਜ਼ਿਆਦਾ ਜਿਹੜੇ ਪੈਸੇ ਬਣਾਉਂਦੇ ਆ, ਰਾਈਟ? ਰਿਲੀਜਨ ਸਭ ਤੋਂ ਜ਼ਿਆਦਾ ਵੱਡਾ ਪੈਸਾ ਬਣਾਉਂਦਾ, ਭਾਵੇਂ ਤੁਸੀਂ ਕ੍ਰਿਸਚਨ ਹੋ ਜਾਂ ਸਿੱਖ ਹੋ ਜਾਂ ਹਿੰਦੂ ਹੋ, ਬੁੱਢਸ ਹੋ, ਮੁਸਲਿਮ, ਜੋ ਮਰਜ਼ੀ ਹੋਵੋ, ਰਿਲੀਜਨ ਦੇ ਨਾਂ 'ਤੇ ਹਰ ਬੰਦਾ ਪੈਸੇ ਦਿੰਦਾ, ਰਾਈਟ? ਰਾਈਟ, ਡੋਨੇਸ਼ਨ ਕਰਦਾ। ਇੱਕ ਹੈਗਾ ਵਾਰ, ਰਾਈਟ? ਵਾਰ ਦੇ ਨਾਲ ਪੈਸਾ ਬਣਦਾ ਹੀ ਬਣਦਾ। ਜਦੋਂ ਵੀ ਵਰਲਡ ਵਾਰ 2 ਦੇ ਵਿੱਚ US ਨੇ ਇੰਨਾ ਪੈਸਾ ਕਮਾਇਆ ਕਿ ਕੋਈ ਇਮੇਜਿਨ ਹੀ ਕਰ ਸਕਦਾ, ਜਦੋਂ ਅਫਗਾਨਿਸਤਾਨ ਦਾ ਵਾਰ ਹੋਇਆ, ਰਸ਼ੀਆ ਦਾ ਕੋਲਡ ਵਾਰ ਸਟਾਰਟ ਹੋਇਆ 1979 ਵਿੱਚ, ਰਾਈਟ? ਅਫਗਾਨੀਆਂ ਨੂੰ ਦੇ ਰਹੇ ਸੀਗੇ ਐਨੀ ਐਮੂਨੇਸ਼ਨ ਸੈੱਲ ਕਰ ਰਹੇ ਸੀ, ਰਸ਼ੀਅਨਸ ਨੂੰ ਹੈਲੀਕਾਪਟਰ ਸੈੱਲ ਕਰ ਰਹੇ ਸੀ, ਪਰ ਜਦੋਂ ਦੇਖਿਆ ਰਸ਼ੀਆ ਜ਼ਿਆਦਾ ਅੱਗੇ ਵੱਧ ਗਿਆ, ਇਹਨਾਂ ਨੇ ਫਿਰ ਅਫਗਾਨੀਆਂ ਨੂੰ ਮਿਸਲਾਂ ਦੇ ਦਿੱਤੀਆਂ ਹੀਟ ਸੀਕਿੰਗ, ਕਿ ਹੈਲੀਕਾਪਟਰ ਥੱਲੇ ਕਿੱਦਾਂ ਲਾਣਾ, ਰਾਈਟ? ਪਰ ਮੈਨੂੰ ਇੱਕ ਗੱਲ ਹੋਰ ਦੱਸੋ ਸਤਬੀਰ, ਤੁਹਾਡਾ ਕਲੋਥਿੰਗ ਬਿਜ਼ਨਸ ਹੈ, ਹਾਂਜੀ, ਤੇ ਤੁਹਾਡੇ ਬਿਜ਼ਨਸ ਨੂੰ ਕੀ ਇਫੈਕਟ ਪਿਆ? ਦੇਖੋ ਜੀ, ਲੈਟਸ ਸੇ ਪ੍ਰੋਡਕਸ਼ਨ, ਸਾਡਾ ਬਿਜ਼ਨਸ ਇੱਦਾਂ ਦਾ ਕਿ ਸਾਡੇ ਟਾਈਮ ਦੇ ਨਾਲ ਮਾਲ ਨਾ ਆਏ ਤਾਂ ਵਿਕਦਾ ਨਹੀਂ, ਰਾਈਟ? ਰਾਈਟ, ਡੈਡਲਾਈਨਾਂ ਹੁੰਦੀਆਂ ਸਾਡੀਆਂ, ਤੇ ਡੈਡਲਾਈਨ ਮਿਸ ਹੋ ਜਾਏ ਤਾਂ ਸਾਡੇ ਕਸਟਮਰ ਨੂੰ ਪੂਰਾ ਹੱਕ ਹੈ ਪੂਰੀ ਸ਼ਿਪਮੈਂਟ ਡਿਨਾਈ ਕਰਨ ਦਾ। ਅਗਰ ਬੰਦੇ ਦਾ 10,000 ਦਾ ਆਰਡਰ ਹੈ ਜਾਂ 10 million ਦਾ ਆਰਡਰ ਹੈ, ਉਹ ਸਾਡੇ ਪਲ ਪੈ ਗਿਆ, ਅਸੀਂ ਵੇਚ ਨਹੀਂ ਸਕਦੇ ਅਗਰ ਡੈਡਲਾਈਨ ਮਿਸ ਹੋ ਗਈ। ਹੁਣ ਕੀ ਹੋਇਆ ਕਿ ਲਾਸਟ 3 ਹਫ਼ਤਿਆਂ 'ਚ ਸਾਨੂੰ ਡਿਸੀਜਨ ਲੈਣਾ ਪਿਆ ਕਿ ਅਸੀਂ 20% ਆਰਡਰ ਕੈਂਸਲ ਕਰਤੇ। ਕਿਉਂ? ਅਗਰ ਆਰਡਰ ਨਾ ਕੈਂਸਲ ਕਰੀਏ ਤਾਂ ਕਹਿ ਦਈਏ ਜੀ March 10 ਨੂੰ ਤੁਹਾਨੂੰ ਮਾਲ ਮਿਲ ਜਾਏਗਾ। ਇੱਕ ਤਾਂ ਚਾਈਨੀਜ਼ ਨਿਊ ਈਅਰ ਆ ਗਿਆ ਸੀਗਾ, ਰਾਈਟ? ਨਿਊ ਈਅਰ 'ਤੇ ਕੀ ਹੁੰਦਾ ਕਿ ਜਿਹੜਾ 11 ਮਹੀਨੇ ਕੰਮ ਕਰਦਾ ਬੰਦਾ, ਉਹ ਜਨਵਰੀ ਦੇ ਮਹੀਨੇ 'ਚ, ਜਨਵਰੀ ਦੇ ਮਿਡਲ ਤੋਂ ਲੈ ਕੇ ਫਰਵਰੀ ਦੇ ਐਂਡ ਤੱਕ ਆਫ ਹੁੰਦਾ। ਚਾਈਨੀਜ਼ ਨਿਊ ਈਅਰ ਕੋਈ ਕੰਮ ਨਹੀਂ ਕਰਦਾ ਚਾਈਨਾ 'ਚ, ਰਾਈਟ? ਰਾਈਟ, ਸੋ ਉਸ ਮੁਤਾਬਿਕ ਅਸੀਂ ਉਹ ਕੈਲਕੂਲੇਟ ਕੀਤਾ ਸੀ, ਪਰ ਹੁਣ ਜਿਹੜਾ ਕਰੋਨਾ ਵਾਇਰਸ ਆ ਗਿਆ, ਸਾਨੂੰ ਪਤਾ ਕਿ ਸਾਡੀ ਸ਼ਿਪਮੈਂਟਸ ਡਿਲੇ ਹੋ ਰਹੀਆਂ, ਰਾਈਟ? ਸਾਡੀਆਂ ਸ਼ਿਪਮੈਂਟਾਂ ਡਿਲੇ ਹੋ ਜਾਣੀਆਂ। ਅਗਰ March 10 ਦੀ ਡੇਟ ਹੈ ਤੇ ਮਾਲ ਨਹੀਂ ਆਉਣਾ, ਤਾਂ ਆਬਵੀਅਸਲੀ ਚੰਗੇ ਬਿਜ਼ਨਸਮੈਨ ਕੀ ਕਰਨਗੇ, ਕਹਿਣਗੇ ਥੋੜਾ ਕਮਾ ਲਈਏ, ਪਰ ਉਹ ਜਿਹੜਾ ਪੂਰਾ ਸ਼ਿਪਮੈਂਟ ਹੈ ਜਿੰਨੇ ਆਰਡਰ ਦਿੱਤਾ ਉਹ ਆਪਣੇ ਕੋਲ ਰੱਖ ਕੇ ਅਸੀਂ ਸਟਾਕ ਕਰਾਂਗੇ, ਰੈਂਟ ਦਾਂਗੇ ਵੱਡੀਆਂ ਵੱਡੀਆਂ ਬਿਲਡਿੰਗਾਂ ਦੇ, ਕਿੱਥੇ ਜਾਵਾਂਗੇ? ਸੋ ਡੂ ਯੂ ਥਿੰਕ ਫਰੋਮ ਯੂਅਰ ਪੁਆਇੰਟ ਆਫ ਵਿਊ ਕਿ ਇਟ ਵਿਲ ਇਫੈਕਟ ਦੀ ਇਕਨੋਮੀ ਐਸ ਵੈਲ? ਦੇਖੋ, ਟਾਈਮ ਬੀਂਗ ਲਈ ਥੋੜ੍ਹਾ ਬਹੁਤਾ ਇਕਾਨਮੀ ਨੂੰ ਇਫੈਕਟ ਕਰਦਾ, ਪਰ ਪੋਜ਼ਿਟਿਵ ਗੱਲ ਕਰਦੇ ਹਾਂ ਕਿ ਇਹਦਾ ਪੋਜ਼ਿਟਿਵ ਟਵਿਸਟ ਕੀ ਹੈ। ਇੱਕ ਤਾਂ ਪੋਜ਼ਿਟਿਵ ਟਵਿਸਟ ਹੈਗਾ ਕਿ ਦੇਖੋ ਜੀ, ਜਦੋਂ ਅੱਜ ਕੱਲ੍ਹ ਰੀਅਲ ਇਸਟੇਟ ਮਾਰਕੀਟ ਦੀ ਗੱਲ ਕਰ ਲੈਂਦੇ ਹਾਂ ਲੋਕਲੀ, ਰਾਈਟ, ਕਿ ਰੀਅਲ ਇਸਟੇਟ ਮਾਰਕੀਟ ਤੁਹਾਡੀ ਹੈਗੀ ਹੈ, ਜਿਹੜੇ ਵੀ ਵਿਲ ਟਾਕ ਇਨ ਅ ਲਿਟਲ ਬਿਟ ਅਬਾਊਟ ਰੀਅਲ ਇਸਟੇਟ ਐਸ ਵੈਲ, ਪਰ ਰੀਅਲ ਇਸਟੇਟ ਮਾਰਕੀਟ ਦੀ ਗੱਲ ਕਰਦੇ ਹਾਂ ਕਿ ਚਲੋ ਜੀ, ਹੁਣ ਕੀ ਹੋ ਰਿਹਾ, ਸਾਰੇ ਘਰਾਂ 'ਚ ਰਹਿ ਰਹੇ ਨੇ, ਬਾਹਰ ਨਹੀਂ ਨਿਕਲ ਰਹੇ, ਸਾਰੇ ਗੱਲ ਕਰ ਰਹੇ ਨੇ ਮਾਰਕੀਟ ਕਰੈਸ਼ ਹੋਏਗੀ, ਮਾਰਕੀਟ ਕਰੈਸ਼ ਹੋਏਗੀ। ਭਾਜੀ, ਇੰਨੀ ਹਾਟ ਮਾਰਕੀਟ ਹੈ ਰੀਅਲ ਇਸਟੇਟ ਮਾਰਕੀਟ, ਤੇ ਥੱਲੇ ਨਹੀਂ ਜਾਣ ਵਾਲੀ ਰਿਪਬਲਿਕਨ ਟਰੰਪ ਜਦ ਤੱਕ ਹੈਗਾ, ਇਹ ਮਾਰਕੀਟ ਕਿੱਥੇ ਨਹੀਂ ਜਾਣ ਵਾਲੀ, ਬਿਕੋਜ਼ ਵੈਰੀ ਪ੍ਰੋਐਕਟਿਵ ਹੈ, ਬੜਾ ਫਾਇਦਾ ਕਰ ਰਿਹਾ ਬਿਜ਼ਨਸ ਇਹਨਾਂ ਟਰੰਪ। ਵੈਦਰ ਤੁਸੀਂ ਪਰਸਨਲੀ ਲਾਈਕ ਕਰਦੇ ਹੋ ਬੰਦੇ ਯੂ ਨਹੀਂ, ਪਰ ਰੈਕਡ ਟਰੈਕ ਰੈਕਡ ਦੇਖੋ, ਉਹਨੇ ਬੜੀਆਂ ਚੰਗੀਆਂ ਡੀਲਾਂ ਕੀਤੀਆਂ ਐਜ਼ ਅ ਰਿਪਬਲਿਕਨ, ਤੇ ਉਸ ਖਾਤਰੋਂ ਜਿਹੜੀ ਰੀਅਲ ਇਸਟੇਟ ਮਾਰਕੀਟ ਹੈ ਉਹ ਸਾਰੇ ਡਰ ਰਹੇ ਨੇ ਮਾਰਕੀਟ ਕ੍ਰੈਸ਼ ਹੋ ਰਹੀ, ਮਾਰਕੀਟ ਘੱਟ ਬੰਦੇ ਬਾਹਰ ਜਾ ਰਹੇ ਨੇ ਕਿ ਨਹੀਂ ਯਾਰ ਘਰ ਹੁਣ ਨਹੀਂ ਲੈਂਦੇ, ਪਰ
ਐਕਚੁਅਲੀ ਰੀਅਲੀ ਦੇਖਿਆ ਜਾਵੇ ਅਗਰ ਰੀਅਲ ਬਿਜ਼ਨਸਮੈਨ, ਅਸੀਂ ਬਿਜ਼ਨਸਮੈਨ ਆ ਜੀ, ਪੋਲੀਟੀਸ਼ੀਅਨ ਵੀ ਆ, ਬਿਜ਼ਨਸਮੈਨ ਵੀ ਆ, ਐਂਟਰਟੇਨਮੈਂਟ ਤਾਂ ਕਰਦੇ ਹੀ ਕਰਦੇ ਹਾਂ, ਪਰ ਰੀਅਲੀ ਅਗਰ ਦੇਖਿਆ ਜਾਵੇ ਤਾਂ ਰੀਅਲ ਇਸਟੇਟ ਮਾਰਕੀਟ ਤੇ ਮੋਰਗੇਜ ਮਾਰਕੀਟ ਇਸ ਤੋਂ ਬੈਟਰ ਟਾਈਮ ਹੀ ਹੈ ਨੀ. ਮੋਰਗੇਜਿਸ ਆਰ 30 ਸਾਲ ਦੀ ਰੈਕਡ ਲੈ ਲਓ ਤੁਸੀਂ. ਮੈਂ 1984 ਚ ਆਈ ਸੀ, ਅਸੀਂ 1984 ਚ 8% ਹੁੰਦਾ ਸੀ, ਅੱਜ ਦੀ ਡੇਟ 'ਤੇ ਤੁਹਾਨੂੰ 3-3.5%, 4%, 5% ਦੇ ਵਿੱਚ ਤੁਹਾਨੂੰ ਮੋਰਗੇਜ ਮਿਲ ਰਿਹਾ. ਅਗਰ ਨੋ ਇਨਕਮ ਚੈੱਕ ਵੀ ਕਰੋ ਤਾਂ 5 ਤੋਂ ਥੱਲੇ ਮਿਲ ਰਿਹਾ. ਭਾਜੀ ਇਸ ਤੋਂ ਬੈਟਰ ਟਾਈਮ ਹੈ ਹੀ ਨਹੀਂ ਕੋਈ ਕਿ ਘਰ ਲੈਣਾ, ਕਿਉਂਕਿ ਘੱਟ ਬੰਦੇ ਬਾਹਰ ਜਾ ਰਹੇ ਆ. ਰਾਈਟ, ਮੋਰਗੇਜਿਸ ਸਭ ਤੋਂ ਲੋਐਸਟ ਪਰਸੈਂਟੇਜ ਮੋਰਗੇਜਿਸ. ਜਿਹੜਾ ਬੰਦਾ ਘਰ ਲੈਣਾ ਚਾਹੁੰਦਾ ਨੈਕਸਟ 3 ਸਾਲਾਂ 'ਚ, ਉਹ ਅੱਜ ਕਰੇ ਆਪਣੇ ਆਪ ਨੂੰ ਪ੍ਰੂਫ, ਪ੍ਰੀ ਅਪਰੂਵ ਕਰਾਏ, ਘਰ ਲੱਭੇ, ਕਿਉਂਕਿ ਘੱਟ ਬੰਦੇ ਬਾਹਰ ਜਾ ਰਹੇ. ਆਈ ਥਿੰਕ ਮਾਰਕੀਟ ਕ੍ਰੈਸ਼ ਹੋਏਗੀ ਭਾਜੀ, ਜਦ ਤੱਕ ਟਰੰਪ ਹੈ ਤੇ ਟਰੰਪ ਹੀ ਜਿੱਤੇਗਾ. ਰਾਈਟ, ਮੈਂ 90% ਸ਼ੋਰ ਨਹੀਂ ਕਹਿ ਸਕਦਾ. ਆਉਣ ਵਾਲਾ ਸਮਾਂ ਦੇਖੇਗਾ ਕਿ ਕੌਣ ਜਿੱਤਦਾ ਹੈ, ਕੌਣ ਹਾਰਦਾ ਹੈ. ਔਰ 2020 ਦੀਆਂ ਚੋਣਾਂ ਵੀ ਬਹੁਤ ਐਕਸਾਈਟਡ, ਰਾਈਟ. ਔਰ 2020 ਦੀਆਂ ਜਿਹੜੀ ਚੋਣਾਂ ਨੇ ਉਹਦੇ ਵਿੱਚ ਵੀ ਬਹੁਤ ਉਤਾਰ ਚੜਾਅ ਵੇਖਣ ਨੂੰ ਮਿਲਣਗੇ. ਬਲੂਮਬਰਗ ਵੀ ਮੈਦਾਨ ਦੇ ਵਿੱਚ, ਮੈਦਾਨ ਵਿੱਚ ਆ ਗਿਆ. ਕੀ ਕਹਿਣਾ ਚਾਹੋਗੇ? ਦੇਖੋ ਜੀ, ਮੈਂ ਕਹਿਣਾ ਚਾਹਾਂਗਾ ਕਿ ਜਿਹੜਾ ਇੱਕ ਬੰਦਾ ਹੈਗਾ ਜਿਹੜਾ ਟਰੰਪ ਨੂੰ ਰੀਲੀ ਸ਼ੇਕ ਕਰ ਸਕਦਾ, ਉਹ ਹੈਗਾ ਬਰਨੀ ਸੈਂਡਰਸ. ਅੱਛਾ, ਰੀਅਲਿਸਟਿਕਲੀ, ਕਿਉਂਕਿ ਬਰਨੀ ਤਾਂ ਉਹਦੀ ਏਜ ਵੀ ਇੱਦਾਂ ਦੀ ਆ ਚੁੱਕੀ ਆ, ਉਹ ਕੁਛ ਵੀ ਕਹਿਣ ਨੂੰ ਨਹੀਂ ਡਰੇਗਾ, ਕਿਉਂਕਿ ਜਿਹੜਾ ਬੰਦਾ ਥੱਪੜ ਮਾਰਦਾ ਉਹਨੂੰ ਵਾਪਸ ਥੱਪੜ ਮਾਰ ਕੇ ਹੀ ਗੱਲ ਕਰਦੇ. ਕਦੀ ਕਦੀ ਕਦੇ ਕਹਿੰਦੇ ਕਿ ਕੁੱਤੇ ਦੀ ਪੂਛ ਸਿੱਧੀ ਨਹੀਂ ਹੁੰਦੀ ਕਦੀ, ਭਾਵੇਂ ਜਿੰਨਾ ਮਰਜ਼ੀ ਟਰਾਈ ਕਰ ਲਓ. ਟਰੰਪ ਉੱਦਾਂ ਦਾ ਬੰਦਾ ਹੈ, ਸਾਡਾ ਪ੍ਰੈਜ਼ੀਡੈਂਟ, ਜਿਹੜਾ ਉਹਦੇ ਵਰਗਾ ਹੀ ਬੰਦਾ ਉਹਨੂੰ ਹਰਾ ਸਕਦਾ. ਚਲੋ, ਪਰ ਇਸ ਵਾਇਰਸ ਦਾ ਕੀ ਕਰੀਏ? ਜਿਵੇਂ ਸਾਨੂੰ ਦੱਸਿਆ ਸਤਬੀਰ ਨੇ ਕਿ ਸਮਾਲ ਸਕੇਲ ਬਿਜ਼ਨਸ ਨੂੰ ਅਗਰ ਕਿੱਥੇ ਨੁਕਸਾਨ ਹੋ ਰਿਹਾ, ਲੇਕਿਨ ਅਗਰ ਗੱਲ ਰੀਅਲ ਇਸਟੇਟ ਬਿਜ਼ਨਸ ਦੀ ਹੋਏ ਜਾਂ ਫਿਰ ਮੋਰਗੇਜ ਬਿਜ਼ਨਸ ਦੀ ਹੋਏ, ਤਾਂ ਕੀ ਵਾਕਈ ਹੀ ਘਰ, ਕਿਉਂਕਿ ਇਹ ਅਫਵਾਹਾਂ ਫੈਲ ਚੁੱਕੀਆਂ ਬਾਜ਼ਾਰ ਦੇ ਵਿੱਚ ਕਿ ਇਹ ਸਹੀ ਸਮਾਂ ਨਹੀਂ ਹੈਗਾ ਘਰ ਖਰੀਦਣ ਦਾ ਜਾਂ ਰੀਅਲ ਇਸਟੇਟ ਦੇ ਵਿੱਚ ਇਨਵੈਸਟ ਕਰਨ ਦਾ ਜਾਂ ਫਿਰ ਮੋਰਗੇਜ ਬਿਜ਼ਨਸ ਦੇ ਵਿੱਚ ਪ੍ਰੀ ਅਪਰੂਵਲ ਨਾ ਲੈਣ ਦਾ, ਬਿਕੋਜ਼ ਇਟ ਇਜ਼ ਨੋਟ ਅ ਗੁੱਡ ਟਾਈਮ ਟੂ ਗੈਟ ਯੂਰ ਡ੍ਰੀਮ ਹਾਊਸ. ਪਰ ਰੀਅਲ ਇਸਟੇਟ ਦੇ ਨਾਲ ਨਾਲ ਮੋਰਗੇਜ ਬਿਜ਼ਨਸ ਵੀ ਹੈਗਾ, ਅਤੇ ਦੋਵੇਂ ਬਿਜ਼ਨਸ ਆਖਿਰਕਾਰ ਗਰਾਊਂਡ ਲੈਵਲ ਦੇ ਉੱਤੇ ਕੰਮ ਕਿਵੇਂ ਕਰ ਰਹੇ ਨੇ, ਜਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਕੀ ਇਟ ਵਿਲ ਬੀ, ਇਟ ਇਜ਼ ਗੁੱਡ ਫੋਰ ਯੂ ਟੂ ਇਨਵੈਸਟ ਮਨੀ ਔਨ ਯੂ ਨੋ ਰੀਅਲ ਇਸਟੇਟ. ਔਰ ਮੋਰਗੇਜ ਬਿਜ਼ਨਸ ਦੇ ਬਾਰੇ ਵੀ ਗੱਲ ਕਰਾਂਗੇ, ਉਹਨਾਂ ਦੋਵੇਂ ਐਂਟਰਪ੍ਰੀਨੋਰਸ ਨੂੰ ਵੀ ਅਸੀਂ ਇਸ ਮੰਚ ਦੇ ਉੱਤੇ ਲੈ ਕੇ ਆਵਾਂਗੇ. ਫਿਲਹਾਲ ਮੈਂ ਰੁਕਣਾ ਇੱਕ ਬ੍ਰੇਕ ਲਈ, ਮਿਲਦੇ ਹਾਂ ਬ੍ਰੇਕ ਤੋਂ ਬਾਅਦ. ਸਵਾਗਤ ਹੈ, ਗੱਲ ਕਰੋਨਾ ਵਾਇਰਸ ਦੀ ਹੋ ਰਹੀ ਹੈ ਕਿ ਕਰੋਨਾ ਵਾਇਰਸ ਜਿਹੜਾ ਹੈਗਾ ਹੈ ਉਹ ਵਾਕਈ ਹੀ ਸਮਾਲ ਬਿਜ਼ਨਸਿਸ ਨੂੰ ਜਾਂ ਫਿਰ ਰੀਅਲ ਇਸਟੇਟ ਬਿਜ਼ਨਸ ਨੂੰ ਵੀ ਇਫੈਕਟ ਕਰ ਰਿਹਾ ਹੈ. ਵੈਸੇ ਤੁਹਾਨੂੰ ਹਰ ਵੀਕ ਅਸੀਂ ਫਰਾਈਡੇ ਨੂੰ ਲੈ ਕੇ ਆਉਂਦੇ ਹਾਂ ਰੀਅਲ ਇਸਟੇਟ ਐਡਵਾਈਸ ਵਿਦ ਟੀਮ ਰਾਜ ਅੱਗੀ. ਅੱਜ ਮੁੱਦੇ ਦੇ ਵਿੱਚ ਪਹਿਲੀ ਵਾਰ ਮੈਨੂੰ ਲੱਗਦਾ ਕਿ ਰਾਜ ਜੀ ਆਏ ਨੇ ਔਰ ਇਸ ਦੇ ਉੱਤੇ ਚੜ੍ਹਨਾ ਪਾਉਣਗੇ ਕਿ ਉਹਨਾਂ ਦਾ ਬਿਜ਼ਨਸ ਕਿਵੇਂ ਚੱਲ ਰਿਹਾ ਜਾਂ ਫਿਰ ਵਾਕਈ ਹੀ ਲੋਕ ਡਰ ਗਏ ਨੇ, ਘਰ ਨਹੀਂ ਖਰੀਦ ਰਹੇ ਜਾਂ ਐਵੇਂ ਜੀ ਜਿਹੜੇ ਅਫਵਾਹਾਂ ਦਾ ਬਾਜ਼ਾਰ ਗਰਮ ਹੈ ਉਹਦੇ ਉੱਤੇ ਮੈਂ ਚਾਹੁੰਦਾ ਕਿ ਰਾਜ ਜੀ ਤੁਸੀਂ ਥੋੜ੍ਹਾ ਜਿਹਾ ਚੜ੍ਹਨਾ ਪਾਓ ਐਂਡ ਵੈਲਕਮ ਔਨ ਅੱਜ ਦਾ ਮੁੱਦਾ ਐਜ਼ ਵੈਲ. ਥੈਂਕ ਯੂ ਵੈਰੀ ਮਚ ਹਰਕਿਰਤ ਸਿੰਘ. ਸੋ ਵਟ ਯੂ ਵਾਂਟ ਟੂ ਸੇ? ਆਈ ਵੁੱਡ ਲਾਈਕ ਟੂ ਆਸਕ ਕਿ ਕਰੋਨਾ ਵਾਇਰਸ ਕਰਕੇ ਕੀ ਤੁਹਾਡੇ ਬਿਜ਼ਨਸ ਦੇ ਉੱਤੇ ਕੋਈ ਇਫੈਕਟ ਪਿਆ? ਕਰੋਨਾ ਵਾਇਰਸ ਦਾ ਅਸਰ ਜਿਹੜਾ ਹੈਗਾ ਲੋਕਾਂ ਨੂੰ ਡਰ ਬਹੁਤ ਲੱਗ ਗਿਆ ਹੈਗਾ. ਬਿਜ਼ਨਸ ਇਫੈਕਟ ਪਿਆ ਜਿੱਦਾਂ ਲਾਈਕ ਯੂ ਨੋ ਜਿੱਦਾਂ ਹਰ ਬੰਦੇ ਨੂੰ ਪਤਾ ਚਾਈਨਾ ਇਜ਼ ਏ ਪੁਟਿੰਗ ਮਨੀ ਇਨ ਟੂ ਯੂ ਐਸ. ਸੋ ਜਿੱਦਾਂ ਚਾਈਨਾ ਮਨੀ ਇੱਥੇ ਲਿਆ ਰਿਹਾ ਸੀ ਤਾਂ ਉਹ ਥੋੜ੍ਹਾ ਜਿਹਾ ਪਹਿਲਾਂ ਟਰੰਪ ਜੀ ਨੇ ਲਾਤਾ ਸੀ, ਰੋਕ ਲਿਆ ਸੀ. ਹੁਣ ਜਿੱਦਾਂ ਇਹ ਕਰੋਨਾ ਵਾਇਰਸ ਹੋਇਆ ਲੋਕ ਉਹਦੇ 'ਚ ਹੀ ਬਿਜ਼ੀ ਨੇ, ਤਾਂ ਉਹਦੇ ਨਾਲ ਕੀ ਹੋਇਆ ਕਿ ਹਾਂ ਇੱਕ ਪਾਸੇ ਨੁਕਸਾਨ ਹੋਇਆ ਕਿ ਚਾਈਨੀਜ਼ ਕਰੰਸੀ ਨਹੀਂ ਆ ਰਹੀ, ਬਟ ਦੂਜਾ ਜਿੱਦਾਂ ਸਤਬੀਰ ਜੀ ਨੇ ਦੱਸਿਆ ਕਿ ਜਿਹੜਾ ਦੂਜਾ ਉਹਦਾ ਫਾਇਦਾ ਇਹ ਹੋ ਰਿਹਾ ਕਿ ਜਿਹੜੇ ਬੰਦੇ ਇੱਥੇ ਰਹਿੰਦੇ ਨੇ, ਜਿਹੜੇ ਬੰਦੇ ਇੱਥੇ ਰਹਿੰਦੇ ਉਹਨਾਂ ਦਾ ਫਾਇਦਾ ਹੋ ਰਿਹਾ ਕਿ ਉਹਨਾਂ ਦਾ ਕੰਪੀਟੀਸ਼ਨ ਘੱਟ ਹੋ ਰਿਹਾ. ਜਿਹੜਾ ਚਾਈਨੀਜ਼ ਮਨੀ ਆਉਂਦੀ ਸੀ ਇੱਥੇ, ਮਨੀ ਲਾਂਡਰਿੰਗ ਹੁੰਦੀ ਸੀ ਇੱਥੇ ਆ ਕੇ, ਬਿਜ਼ ਪ੍ਰਾਪਰਟੀਆਂ ਬਾਏ ਕਰਦੇ ਸੀ, ਉਹ ਇੱਥੇ ਦੇ ਜਿਹੜੇ ਰੈਗੂਲਰ ਅਮੈਰੀਕਨ ਨੇ, ਰੈਗੂਲਰ ਬੰਦੇ ਨੇ, ਉਹਨਾਂ ਨੂੰ ਫਾਇਦਾ ਹੋ ਰਿਹਾ ਉਸ ਚੀਜ਼ ਦਾ ਕਿ ਉਹ ਹੁਣ ਜਿੱਦਾਂ ਮਾਰਕੀਟ ਦੇ ਵਿੱਚ ਜਿਹੜਾ ਉਹਨਾਂ ਨੂੰ ਈਜ਼ੀ ਐਕਸੈਸ ਮਿਲ ਰਿਹਾ. ਜਿੱਦਾਂ ਦੱਸਿਆ ਕਿ ਮੋਰਗੇਜ ਵੀ ਲੋ ਹੈ, ਘਰ ਵੀ ਪਹਿਲਾਂ 8-10% ਮੋਰਗੇਜ ਹੁੰਦੀ ਸੀ, ਅੱਜ 3-4% ਹੁੰਦੀ ਹੈ. ਅਤੇ ਪਹਿਲਾਂ ਕੰਪੀਟੀਸ਼ਨ ਆ ਗਿਆ ਸੀ ਕਿ ਇੱਕ ਘਰ ਬਾਏ ਕਹਿੰਦੇ ਕਹਿੰਦੇ ਜੀ ਉਹ ਚਾਈਨੀਜ਼ ਬੋਰੀ ਭਰ ਕੇ ਲਿਆਇਆ, ਕੋਈ ਕਹਿੰਦਾ ਲਿਆਇਆ, ਉਹ ਕੰਮ ਖਤਮ ਹੋ ਗਿਆ ਹੈਗਾ. ਰਾਈਟ ਰਾਈਟ, ਜਿਹੜਾ ਪਹਿਲਾਂ ਚਾਈਨਾ ਦਾ ਪੈਸਾ ਲੱਗ ਰਿਹਾ ਸੀਗਾ ਅਤੇ ਹੁਣ ਉਹ ਇਨਵੈਸਟਮੈਂਟ ਰੁਕ ਗਈ ਹੈਗੀ ਹੈ, ਜਿੱਥੇ ਫਾਇਦਾ ਇਮੀਗ੍ਰੈਂਟਸ ਨੂੰ ਹੋ ਸਕਦਾ ਹੈ. ਔਰ ਘਰ ਜਿਹੜੇ ਨੇ ਉਹ ਵੀ ਬੜੇ ਮੈਂ ਦੇਖ ਰਿਹਾ ਕਿ ਜਿਵੇਂ ਤੁਸੀਂ ਵੇਚ ਰਹੇ ਹੋ ਐਂਡ ਮਾਰਕੀਟ ਦੇ ਵਿੱਚ ਤੇਜ਼ੀ ਹੈਗੀ ਹੈ. ਅਤੇ ਰਾਜ ਜੀ, ਐਜ਼ ਪਰ ਯੋਰ ਐਕਸਪੀਰੀਅੰਸ ਸੋ ਫਾਰ ਇਨ ਦਿਸ ਕੰਟਰੀ, what do you think what going to be the future in coming years in real estate? Real estate jehdi hai gi ya dekho
11 ਸਾਲ ਹੋ ਗਏ ਬਿਲਕੁਲ ਉੱਪਰ ਚੱਲ ਰਹੀ ਹੈ। ਯੂਜ਼ਲੀ ਅਮਰੀਕਾ ਦੀ ਤੁਸੀਂ ਹਿਸਟਰੀ ਦੇਖੋ, 7-8 ਸਾਲ ਬਾਅਦ ਅਪ ਐਂਡ ਡਾਊਨ ਹੁੰਦਾ, ਇਸ ਤਰ੍ਹਾਂ ਚੱਲਦਾ, ਇਸ ਤਰ੍ਹਾਂ ਚੱਲਦਾ। ਬਟ ਇਹ ਜਦੋਂ ਦਾ ਟਰੰਪ ਆਇਆ ਅਤੇ ਉਹਦੇ ਨਾਲ ਤੁਸੀਂ ਬਿਜ਼ਨਸਮੈਨਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੋਇਆ। ਹਾਂ, ਸਮਾਲ ਇੰਡਸਟਰੀ ਜਿਹੜੀ ਹੈ ਉਹ ਸਫ਼ਰ ਕਰ ਰਹੀ ਹੈ ਕਿਉਂਕਿ ਐਮਾਜ਼ੋਨ ਆ ਗਿਆ, ਕੁਝ ਇੱਦਾਂ ਦੀਆਂ ਚੀਜ਼ਾਂ ਆ ਗਈਆਂ, ਬਟ ਓਵਰਆਲ ਜਿਹੜਾ ਬਿਜ਼ਨਸ ਹੈ ਉਹ ਓਵਰ ਹੋ ਗਈ ਚੱਲ ਰਿਹਾ ਵਧੀਆ। ਜਿੱਦਾਂ 11 ਸਾਲ, ਜਿੱਦਾਂ ਹੁਣ ਅੱਜ ਤੋਂ 11 ਸਾਲ ਹੋ ਗਏ ਮਾਰਕੀਟ ਇੰਜੀ ਜਾ ਰਹੀ ਹੈ, ਹੁਣ ਜਿੱਦਾਂ ਪਹਿਲਾਂ 2006 'ਚ ਹੋਇਆ ਸੀ ਇਸ ਤਰ੍ਹਾਂ ਗਿਰੀ ਸੀ, ਰਾਈਟ? ਉਹ ਚਾਂਸ ਨਹੀਂ ਲੱਗਦੇ ਕਿ ਮਾਰਕੀਟ ਇੰਜ ਗਿਰੇਗੀ, ਅਗਰ ਥੋੜ੍ਹੀ ਜਿਹੀ ਡਾਊਨ ਆਏਗੀ। ਬਟ ਉਹਨੂੰ ਸਭ ਤੋਂ ਵੱਡੀ ਸਪੋਰਟ ਜਿਹੜੀ ਹੈ, ਕਿਉਂਕਿ ਮੈਂ ਰੀਅਲ ਸਟੇਟ ਕਰਦਾ, ਮੈਂ ਰੀਅਲ ਸਟੇਟ ਦੀ ਗੱਲ ਕਰਾਂਗਾ, ਜਿਹੜੀ ਸਭ ਤੋਂ ਵੱਡੀ ਸਪੋਰਟ ਹੈ ਉਹਨਾਂ ਨੂੰ ਮੋਰਗੇਜ। ਸੋ ਜੇ ਮੋਰਗੇਜ ਜਿਹੜੀ ਇੰਨੀ ਕੁ ਵਧੀਆ ਹੈਗੀ ਹੈ ਕਿ ਉਹ ਰੀਅਲ ਸਟੇਟ ਮਾਰਕੀਟ ਨੂੰ ਕਲੈਪਸ ਨਹੀਂ ਹੋਣ ਦੇਗੀ, ਠੀਕ ਹੈ? ਦੈਟਸ ਵਾਟ ਮਾਈ ਸੇ, ਜੋ ਜਿੰਨੇ ਮਰਜ਼ੀ ਵਾਇਰਸ, ਜੋ ਮਰਜ਼ੀ ਹੋ ਜੇ, ਐਂਡ ਜਦ ਤੱਕ ਟਰੰਪ ਬੈਠਾ ਹੈਗਾ, ਸੋ ਫਾਰ ਉਹਨੇ ਬਹੁਤ ਅੱਛਾ ਕੰਮ ਕੀਤਾ ਹੈ, ਐਂਡ ਪਬਲਿਕ ਕਈ ਉਹਨੂੰ ਹੇਟ ਕਰਦੇ, ਕਈ ਲਾਈਕ ਕਰਦੇ ਨੇ। ਆਈ ਪਰਸਨਲੀ ਥਿੰਕ ਉਹਨੇ ਇਸ ਅਮੈਰੀਕਨ ਜਿਹੜੀ ਇਕਨੋਮੀ ਨੂੰ ਬਹੁਤ ਜ਼ਿਆਦਾ ਬੂਸਟ ਦਿੱਤਾ ਹੈਗਾ। ਹਾਂਜੀ, ਸੋ ਜਿਵੇਂ ਕਿ ਰਾਜ ਜੀ ਨੇ ਦੱਸਿਆ ਕਿ ਅਮੈਰੀਕਨ ਇਕਨੋਮੀ ਨੂੰ ਬੜੀ ਅੱਜ ਸ਼ਲਾਘਾ ਹੋ ਰਹੀ ਹੈ ਟਰੰਪ ਦੀ, ਸੋ ਟਰੰਪ ਨੂੰ ਹਿਚਕੀਆਂ ਵੀ ਆ ਰਹੀਆਂ ਹੋਣੀਆਂ ਇਸ ਟਾਈਮ, ਬਟ ਇਟਸ ਗੁੱਡ ਇਫ ਪੀਪਲ ਆਰ ਮੇਕਿੰਗ ਮਨੀ ਐਂਡ ਅੰਡਰ ਹਿਸ ਯੂ ਨੋ ਲੀਡਰਸ਼ਿਪ। ਸੋ ਆਈ ਥਿੰਕ ਇਟਸ ਗੁੱਡ ਫੋਰ ਹਿਮ ਐਜ਼ ਵੈਲ ਐਂਡ ਗੁੱਡ ਫੋਰ ਦੀ ਕੰਟਰੀ ਐਜ਼ ਵੈਲ, ਕਿ ਕੰਟਰੀ ਵੀ ਜਿਹੜੀ ਹੈਗੀ ਹੈ ਉਹ ਵਧੀਆ ਤਰੀਕੇ ਨਾਲ ਸਰਵਾਈਵ ਕਰ ਰਹੀ ਹੈ, ਭਾਵੇਂ ਰਾਜ ਜੀ ਨੇ ਕਿਹਾ ਕਿ ਜਿੰਨੇ ਮਰਜ਼ੀ ਵਾਇਰਸ ਆ ਜਾਣ ਸਮਾਲ ਸਕੇਲ ਬਿਜ਼ਨਸ ਨੂੰ, ਲੇਕਿਨ ਜਿੱਥੇ ਨੁਕਸਾਨ ਹੋ ਰਿਹਾ, ਲੇਕਿਨ ਜਿਵੇਂ ਰਾਜ ਜੀ ਨੇ ਦੱਸਿਆ ਕਿ ਰੀਅਲ ਇਸਟੇਟ ਬਿਜ਼ਨਸ ਉੱਥੇ ਦਾ ਉੱਥੇ ਹੀ ਖੜਿਆ, ਬਲਕਿ ਅਗਰ ਟਰੰਪ ਰਹੇਗਾ ਤਾਂ ਰਾਜ ਜੀ ਨੇ ਕਿਹਾ ਕਿ ਅੱਗੇ ਵੀ ਅਸੀਂ ਇਕੋਨਮੀ ਦੇਖ ਸਕਦੇ ਹਾਂ ਕਿ ਵਧੇਗੀ, ਔਰ ਇਹਦੇ ਨਾਲ ਜਿਹੜਾ ਬੈਨੀਫਿਟ ਹੈਗਾ ਉਹ ਰੀਅਲ ਇਸਟੇਟ ਦੇ ਵਿੱਚ ਜੋ ਵੀ ਇਨਵੈਸਟ ਕਰਦਾ ਉਹਨੂੰ ਹੋਵੇਗਾ। ਜਿਵੇਂ ਇਹਨਾਂ ਨੇ ਦੱਸਿਆ ਕਿ ਰੀਅਲ ਇਸਟੇਟ ਬਿਜ਼ਨਸ ਤਾਂ ਚੱਲਦਾ, ਲੇਕਿਨ ਨਾਲ ਮੋਰਗੇਜ ਦੇ ਵਿੱਚ ਵੀ ਕਈ ਸਾਰੇ ਵਧੀਆ ਚੀਜ਼ਾਂ ਵੇਖਣ ਨੂੰ ਮਿਲ ਰਹੀਆਂ ਹਨ ਔਰ ਗੱਲਾਂ ਸੁਣਨ ਨੂੰ ਮਿਲ ਰਹੀਆਂ ਹਨ। ਮੋਰਗੇਜ ਬਿਜ਼ਨਸ ਨੂੰ ਲੈ ਕੇ ਜਿਹੜੇ ਬਿਜ਼ਨਸਮੈਨਸ ਨੇ ਉਹ ਕੀ ਕੁਝ ਕਹਿਣਾ ਚਾਹੁੰਦੇ ਹਨ, ਉਹਨਾਂ ਨੂੰ ਵੀ ਸੁਣਾਂਗੇ ਕਿ ਮੋਰਗੇਜ ਬਿਜ਼ਨਸ ਦੇ ਵਿੱਚ ਕੋਈ ਨੁਕਸਾਨ ਹੋਇਆ ਕਰੋਨਾ ਵਾਇਰਸ ਆਉਣ ਤੋਂ ਬਾਅਦ, ਜਾਂ ਲੋਕ ਘਰ ਨਹੀਂ ਲੈਣਾ ਚਾਹੁੰਦੇ, ਜਾਂ ਪ੍ਰੀ ਅਪਰੂਵਲ ਨਹੀਂ ਕਰਵਾ ਰਹੇ, ਲੋਕ ਡਰੇ ਪਏ ਨੇ, ਐਵੇਂ ਦੀ ਕੋਈ ਗੱਲ ਹੈ ਕਿ ਨਹੀਂ, ਇਸ ਉੱਤੇ ਵੀ ਚਾਨਣਾ ਪਾਵਾਂਗੇ। ਫਿਲਹਾਲ ਇੱਕ ਬ੍ਰੇਕ ਲਈ ਰੁਕ ਰਿਹਾ, ਬ੍ਰੇਕ ਤੋਂ ਬਾਅਦ ਰੱਖਾਂਗੇ ਇਸ ਪ੍ਰੋਗਰਾਮ ਨੂੰ ਇਸੇ ਤਰੀਕੇ ਨਾਲ ਜਾਰੀ। ਸਵਾਗਤ ਹੈ ਜੀ। ਕਰੋਨਾ ਵਾਇਰਸ ਬਾਰੇ ਗੱਲ ਹੋ ਰਹੀ ਹੈ ਅਤੇ ਕੀ ਅਮੈਰੀਕਾ ਦੇ ਵਿੱਚ ਸਮਾਲ ਸਕੇਲ ਬਿਜ਼ਨਸ ਨੂੰ ਨੁਕਸਾਨ ਹੋ ਰਿਹਾ, ਲਾਰਜ ਸਕੇਲ ਬਿਜ਼ਨਸ ਕਿਸ ਤਰੀਕੇ ਨਾਲ ਕੰਮ ਕਰ ਰਹੇ ਨੇ, ਇਹ ਵੀ ਅਫਵਾਹਾਂ ਦਾ ਬਾਜ਼ਾਰ ਗਰਮ ਹੈ ਕਿ ਲੋਕ ਜਿਹੜੇ ਨੇ ਉਹ ਇਨਵੈਸਟ ਨਹੀਂ ਕਰਨਾ ਚਾਹੁੰਦੇ, ਫਾਈਨੈਂਸ ਅਵੇਲੇਬਲ ਨਹੀਂ ਹੈ, ਮਾਰਕੀਟ ਕਰੈਸ਼ ਹੋ ਜਾਏਗੀ, ਤਾਂ ਕਈ ਸਾਰੇ ਜਿਹੜੇ ਵਿਸ਼ੇ ਨੇ ਉਹ ਨਾਲ ਆ ਜਾਂਦੇ ਨੇ ਜਦ ਕੋਈ ਵਾਇਰਸ ਆਉਂਦਾ। ਸੋ ਆਫਕੋਰਸ ਜਦ ਇਹ ਵਾਇਰਸ ਆਇਆ ਤਾਂ ਕਈ ਸਾਰੇ ਹੋਰ ਸਾਰੇ ਵਿਸ਼ਿਆਂ ਨੂੰ, ਹੋਰ ਸਾਰੇ ਗੱਲਾਂ ਨੂੰ ਇਹਨਾਂ ਨੇ ਉਜਾਗਰ ਕਰ ਦਿੱਤਾ, ਲੇਕਿਨ ਜ਼ਿਕਰ ਹੀ ਹੋ ਗਿਆ, ਵਾਇਰਸ ਤਾਂ ਬੋਡੀ ਦੇ ਵਿੱਚ ਵੜ ਜਾਂਦਾ, ਲੇਕਿਨ ਅਮੈਰੀਕਾ ਉਹ ਕੰਟਰੀ ਜਿੱਥੇ ਉਹਦੀ ਵੈਕਸੀਨੇਸ਼ਨ ਜਿਹੜੀ ਹੈ ਸਭ ਤੋਂ ਪਹਿਲਾਂ ਬਣਾ ਲਿੱਤੀ ਜਾਂਦੀ, ਕਿਉਂਕਿ ਰਿਸਰਚ ਐਂਡ ਡਿਵਲਪਮੈਂਟ ਜਿਹੜੀ ਇਸ ਕੰਟਰੀ ਦੀ ਹੈਗੀ ਉਹ ਬਹੁਤ ਤੇਜ਼ ਹੈਗੀ ਹੈ। ਭਾਵੇਂ ਵਾਇਰਸ ਵੜ ਚੁੱਕਿਆ, ਲੇਕਿਨ ਇਸ ਕੰਟਰੀ ਦੀ ਐਡਮਿਨਿਸਟ੍ਰੇਸ਼ਨ ਨੂੰ ਪਤਾ ਹੈ ਕਿ ਉਸ ਵਾਇਰਸ ਤੋਂ ਨਿਜਾਤ ਕਿਵੇਂ ਪਾਣੀ ਹੈ। ਇਹ ਪਹਿਲੀ ਵਾਰ ਨਹੀਂ, ਇਸ ਤੋਂ ਪਹਿਲਾਂ ਵੀ ਕਈ ਸਾਰੇ ਇਸ਼ੂਜ਼ ਕੰਟਰੀ ਦੇ ਵਿੱਚ ਆ ਚੁੱਕੇ ਹਨ, ਔਰ ਲੰਬੇ ਸਮੇਂ ਤੋਂ ਜਿਹੜੇ ਬਿਜ਼ਨਸਿਸ ਕਰ ਰਹੇ ਨੇ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਇਹ ਕਿਉਂ ਹੋਇਆ ਔਰ ਇਹਦਾ ਕੀ ਇਫੈਕਟ ਹੋ ਸਕਦਾ, ਇਹਦੇ ਕੀ ਕੋਨਸੀਕੁਐਂਸਿਸ ਨੇ, ਕੀ ਇਹਦੇ ਡਿਸਐਡਵਾਂਟੇਜਸ ਨੇ। ਅਤੇ ਹਰਮਨ ਸਿੰਘ ਮੇਰੇ ਨਾਲ ਮੌਜੂਦ ਹਨ ਓਮਨੀ ਮੋਰਗੇਜ ਤੋਂ, ਉਂਗੇ ਕਾਰੋਬਾਰੀ ਹਨ ਨਿਊਯਾਰਕ ਦੇ ਵਿੱਚ, ਔਰ ਮੋਰਗੇਜ ਦਾ ਇਹਨਾਂ ਦਾ ਲੰਬੇ ਸਮੇਂ ਤੋਂ ਬਿਜ਼ਨਸ ਹੈਗਾ, ਰਿਚਮੰਡ ਹਿੱਲ ਏਰੀਆ ਵਿਖੇ ਤੁਸੀਂ ਇਹਨਾਂ ਨੂੰ ਵੇਖਿਆ ਹੋਣਾ ਇਹਨਾਂ ਦਾ ਆਫਿਸ, ਅਤੇ ਇਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਅਬਾਊਟ ਦੀ US ਇਕੋਨਮੀ ਐਂਡ ਯੂ ਨੋ ਬਿਜ਼ਨਸ ਇਜ਼ ਡਾਊਨ ਹੇਅਰ ਇਨ ਨਿਊਯਾਰਕ ਆਫਟਰ ਕਰੋਨਾ ਵਾਇਰਸ। ਹਰਮਨ ਜੀ, ਤੁਹਾਡਾ ਸਵਾਗਤ ਹੈ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਆਪਣਾ ਜੋ ਕਰੋਨਾ ਵਾਇਰਸ ਸਿਸਟਮ ਜੋ ਫੀਅਰ ਚੱਲ ਰਿਹਾ ਹੈ, ਉਹਦਾ ਲਿੰਕ ਜਿਹੜਾ ਅਮੈਰੀਕਨ ਇਕੋਨਮੀ ਨਾਲ ਹੈਗਾ ਵੇ, ਉਹ ਡਾਇਰੈਕਟ ਲਿੰਕ ਹੈਗਾ। ਬਟ ਇੱਕ ਓਵਰਆਲ ਅਗਰ ਤੁਸੀਂ ਗੋ ਬੈਕ ਦੇਖੋ ਕਿ ਵੀ ਚਾਈਨਾ ਅਤੇ US ਦਾ ਰਿਲੇਸ਼ਨਸ਼ਿਪ ਜੋ ਹੈ, ਔਰ ਅਲਟੀਮੇਟਲੀ ਚਾਈਨਾ ਆਪਣੇ ਆਪ ਨੂੰ ਕਿਵੇਂ ਹੈਂਡਲ ਕਰਦਾ ਹੈ, ਚਾਈਨਾ ਦੇ ਵਿੱਚ ਇਹ ਪ੍ਰੋਬਲਮ ਜਿਹੜੀ ਵਾਇਰਸ ਪ੍ਰੋਬਲਮ ਹੈ ਕੋਈ ਨਵੀਂ ਨਹੀਂ ਹੈ। ਪਹਿਲੇ 2003 'ਚ SARS ਵਾਇਰਸ ਆਇਆ ਸੀ, ਉਸ ਤੋਂ ਬਾਅਦ ਇੱਕ ਵਾਇਰਸ ਆਇਆ, ਹੁਣ ਇਹ ਵਾਇਰਸ ਆਇਆ ਕਿ ਉਹਨਾਂ ਦੀ ਆਪਣੀ ਹਾਈਜੀਨਿਕ ਕੰਡੀਸ਼ਨ ਜਿਹੜੀ ਚਾਈਨਾ ਵਿੱਚ ਜਿਹੜੀ ਹੈਗੀ ਹੈ ਉਹ ਇੰਨੀ ਬੈਟਰ ਨਹੀਂ ਹੈ। ਇਹ ਪਾਪੂਲੇਸ਼ਨ ਬਹੁਤ ਜ਼ਿਆਦਾ ਹੈ, ਇੰਨੀ ਪ੍ਰਾਇਓਰਿਟੀ ਨਹੀਂ ਦਿੱਤੀ ਜਿਵੇਂ ਮੈਡੀਕਲ ਪ੍ਰਾਇਓਰਿਟੀ ਇੱਥੇ ਅਮੈਰੀਕਾ ਦਿੱਤੀ ਜਾਂਦੀ ਹੈ। ਕੋਈ ਚੀਜ਼ ਹੋਈ, ਸਡਨਲੀ ਸਾਰੀਆਂ ਸਰਕਾਰਾਂ, ਲੋਕਲ ਟਾਊਨ, ਗਵਰਨਮੈਂਟ ਮਿਲ ਕੇ ਉਸ ਚੀਜ਼ ਨੂੰ ਦਬਾ ਦਿੰਦੀਆਂ ਨੇ ਕਿ ਵੀ ਰੋਕ ਲਓ, ਰਾਈਟ ਵੇ ਅੱਗੇ ਨਾ ਵਧੇ। ਚਾਈਨਾ ਵਿੱਚ ਇੰਨੀ ਵੱਡੀ ਕੰਟਰੀ ਦੇ 'ਚ ਉਹਨਾਂ ਨੇ ਸਿਰਫ ਚੰਦ ਸ਼ਹਿਰ ਜਿਹੜੇ ਨੇ, ਜਿਹੜੇ ਬਿਜ਼ਨਸ ਸਿਟੀਜ਼ ਹੈਗੀਆਂ ਨੇ, ਉਹਨਾਂ ਨੂੰ ਛੱਡ ਕੇ ਅਗਰ ਤੁਸੀਂ ਉਹਨਾਂ ਦੇ ਰਿਮੋਟ ਏਰੀਆ ਜਾਓ, ਗਰੀਬੀ ਵੀ ਹੈ, ਪ੍ਰੋਪਰ ਵੈਲ ਕੇਅਰ ਨਹੀਂ ਹੈਗੀ, ਨੇਬਰਹੁੱਡ ਗੰਦੇ ਨੇ, ਬਲੀਅਰੋਂ, ਉੱਥੋਂ ਵਾਇਰਸ ਜਨਰੇਟ ਹੁੰਦੇ ਨੇ। ਜਦੋਂ ਵਾਇਰਸ ਜਨਰੇਟ ਹੁੰਦਾ ਹੈ
ਉਹ ਫਿਰ ਇੰਨੀ ਵੱਡੀ ਪਾਪੂਲੇਸ਼ਨ 'ਚ ਕਿਸੇ ਨੇ ਸਨੀਜ਼ ਕੀਤਾ ਤਾਂ ਉਹ ਨੈਕਸਟ ਬੰਦੇ ਨੂੰ ਹੋ ਗਿਆ, ਕੰਟੇਜੀਅਸ ਵਾਇਰਸ ਨੇ, ਉਹ ਇੰਨੀ ਲਿਟਲ ਪਾਪੂਲੇਸ਼ਨ ਥੋੜ੍ਹੇ ਟਾਈਮ ਦੇ ਵਿੱਚੋਂ ਫੈਲ ਗਿਆ। ਹੁਣ ਜਿਵੇਂ ਪਿੱਛੇ ਕਿ ਕਾਂਗਰਸਮੈਨ ਨੇ ਕਿਹਾ ਆਪਣੇ ਸਾਡੇ ਵਾਸ਼ਿੰਗਟਨ 'ਚ ਕਿ ਵੀ ਇਹ ਵਾਇਰਸ ਜਿਹੜਾ ਇਹ ਕਦੋਂ ਸ਼ੁਰੂ ਹੋਇਆ, ਕੋਈ ਕਹਿ ਰਿਹਾ ਦਸੰਬਰ ਸ਼ੁਰੂ ਹੋਇਆ, ਕੋਈ ਜਨਵਰੀ ਸ਼ੁਰੂ ਹੋਇਆ, ਕੋਈ ਕਹਿ ਰਿਹਾ ਵਾਇਰਸ ਨਵੰਬਰ ਤੋਂ ਚੱਲ ਰਿਹਾ, ਮਗਰ ਚਾਈਨੀਜ਼ ਗਵਰਨਮੈਂਟ ਨੇ ਕਿਸੇ ਨੂੰ ਦੱਸਿਆ ਨਹੀਂ ਕਿ ਚਾਈਨੀਜ਼ ਮੀਡੀਆ ਜਿਹੜਾ ਵੇ ਗਵਰਨਮੈਂਟ ਚਾਈਨੀਜ਼ ਗਵਰਨਮੈਂਟ ਜਿਹੜਾ ਸਟੇਟ ਮੀਡੀਆ ਉਹ ਜੋ ਨਿਊਜ਼ ਦੁਨੀਆ ਨੂੰ ਸੁਣਾਉਣਾ ਚਾਹੁੰਦੇ ਨੇ ਉਹੀਓ ਨਿਊਜ਼ ਮਿਲਦੀ ਹੈ, ਉਹ ਨਿਊਜ਼ ਦਬਾ ਦਿੰਦੇ ਨੇ। ਇਸ ਕਰਕੇ ਵਾਇਰਸ ਕਦੋਂ ਸ਼ੁਰੂ ਹੋਇਆ ਕਿਸੇ ਨੂੰ ਨਹੀਂ ਪਤਾ, ਕਿੰਨੇ ਬੰਦੇ ਇਨਫੈਕਟਿਡ ਹੋਏ, ਜਦੋਂ ਜਦ ਤੱਕ ਵਾਇਰਸ ਡਿਸਕਲੋਜ਼ ਨਹੀਂ ਕੀਤਾ ਗਿਆ ਉਸ ਡਿਊਰਿੰਗ ਟਾਈਮ 'ਚ ਮੇਰਾ ਓਪੀਨੀਅਨ ਹੈ ਕਾਫੀ ਮਿਲੀਅਨਸ ਲੋਕ ਟਰੈਵਲ ਕੀਤਾ ਬੈਕ ਐਂਡ ਫੋਰਥ ਚਾਈਨਾ 'ਚ ਗਏ ਆਏ, ਉਹ ਵਾਇਰਸ ਦੁਨੀਆ 'ਚ ਪਹੁੰਚ ਗਿਆ। ਅਮੈਰੀਕਾ 'ਚ ਵੀ ਆਇਆ, ਮਗਰ ਅਮੈਰੀਕਨ ਕੰਟਰੀ ਜਿਹੜੀ ਇੰਨੀ ਗ੍ਰੇਟ ਕੰਟਰੀ ਹੈ ਮੈਡੀਕਲ ਸਿਸਟਮ ਦੀ, ਜੇ ਵੀ ਆਰ ਵੈਰੀ, ਮੈਂ ਬੜਾ ਆਪ ਬੜਾ ਪ੍ਰਾਊਡ ਹਾਂ, ਐਵਰੀਬਡੀ ਸ਼ੁੱਡ ਬੀ ਪ੍ਰਾਊਡ ਕਿ ਬਈ ਇਮੀਜੀਏਟਲੀ ਇਹਨਾਂ ਨੇ ਐਕਸ਼ਨ ਲਿਆ। ਜਿਵੇਂ ਹੁਣ ਰਾਈਟ ਨਾਉ ਏਅਰਲਾਈਨ ਸਾਰੀਆਂ ਬੰਦ ਕਰਤੀਆਂ ਕਿ ਜਦੋਂ ਜੋ ਕੁਛ ਹੋ ਗਿਆ ਉਹਨੂੰ ਸੰਭਾਲ ਲੈਂਦੇ ਹਾਂ, ਜੋ ਫਰਦਰ ਉਹ ਹੋਣ ਵਾਲਾ ਉਹਨੂੰ ਰੋਕ ਲਓ। ਉਹਨਾਂ ਨੇ ਇਮੀਜੀਏਟਲੀ ਸਾਰੀਆਂ ਏਅਰਲਾਈਨ ਨੂੰ ਸ਼ਟਡਾਊਨ ਕਰਤਾ ਵੀ March 31st ਤੱਕ ਕੋਈ ਏਅਰਲਾਈਨ ਫਲਾਈ ਨਾ ਚਾਈਨਾ ਜਾਏਗੀ ਨਾ ਆਏਗੀ, ਨਾ ਕੋਈ ਪੈਸੇਂਜਰ ਆਏਗਾ। ਪਿੱਛੇ ਇੱਕ ਫਲਾਈਟ ਆਈ ਸੀ ਕੈਲੀਫੋਰਨੀਆ 'ਚ, ਰਾਈਟ ਉਹਨਾਂ ਨੇ ਸਾਰੇ ਪੈਸੇਂਜਰ ਨੂੰ 14 ਦਿਨ ਵਾਸਤੇ ਕੁਆਰੰਟੀਨ ਕਰਤਾ, ਅਲੱਗ ਕਰਤਾ ਕਿ ਇਹਨਾਂ ਨੂੰ ਟੇਕ ਕੇਅਰ ਕਰੋ, ਇਹਨਾਂ 'ਚ ਕੋਈ ਬੰਦਾ ਬਿਮਾਰ ਨਾ ਹੋਵੇ ਵਾਇਰਸ ਨਾਲ। ਇਹ ਗ੍ਰੇਟ ਕੰਟਰੀ ਅਮੈਰੀਕਾ ਦਾ ਇੱਕ ਐਫਰਟ ਹੈਗਾ ਜਿਹੜਾ ਕਰ ਸਕਦੇ ਨੇ, ਰਿਸੋਰਸਿਸ ਨੇ, ਇਨਸਾਨ ਦੀ ਕਦਰ ਕਰਦੇ ਨੇ। ਜਿਵੇਂ ਅਸੀਂ ਪਹਿਲਾਂ ਡਿਸਕਸ਼ਨ ਕਰ ਰਹੇ ਸੀ ਕਿ ਤੁਸੀਂ ਹਸਪੀਟਲ ਬਿਮਾਰ ਹੋ ਕੇ ਚਲੇ ਜਾਓ ਅਤੇ ਅਗਲੇ ਇਹ ਨਹੀਂ ਕਹਿੰਦੇ ਕਿ ਤੁਹਾਡੇ ਕੋਲ ਇੰਸ਼ੋਰੈਂਸ ਨਹੀਂ ਹੈ ਕਿ ਤੁਹਾਡੀ ਅਸੀਂ ਕੇਅਰ ਨਹੀਂ ਕਰਾਂਗੇ, ਉਹ ਪਹਿਲੇ ਕੇਅਰ ਕਰਦੇ ਨੇ, ਬਾਅਦ 'ਚੋਂ ਪੁੱਛਦੇ ਨੇ ਇੰਸ਼ੋਰੈਂਸ ਦਾ। ਅਤੇ ਇਹ ਗ੍ਰੇਟ ਕੰਟਰੀ ਅਮੈਰੀਕਾ 'ਚ ਇਹ ਚੀਜ਼ਾਂ ਹੋ ਸਕਦੀਆਂ ਨੇ। ਅਤੇ ਇਸ ਕਰਕੇ ਜਦੋਂ ਅਸੀਂ ਇੱਥੇ ਬੈਠੇ ਹੋਏ ਹਾਂ, ਕਰੋਨਾ ਵਾਇਰਸ ਦਾ ਫੀਅਰ ਹੈਗਾ ਵੇ, ਹੈਲਥ ਵਾਈਜ਼ ਤਾਂ ਇਹਨਾਂ ਨੇ ਕੰਟਰੋਲ ਕਰ ਲਿਆ ਅਮੈਰੀਕਾ ਨੇ, ਮਗਰ ਜਿਹੜਾ ਫਰਦਰ ਬਿਜ਼ਨਸ ਇੰਪੈਕਟ ਜਿਹੜਾ ਹੈਗਾ ਵੇ ਉਹ ਡੈਫੀਨੇਟਲੀ ਅਮੈਰੀਕਾ 'ਚ ਹੋਏਗਾ। ਮਗਰ ਅਮੈਰੀਕਾ ਇੰਨੀ ਵੱਡੀ ਕੰਟਰੀ ਔਰ ਇਹਨਾਂ ਮੈਕਨਿਜ਼ਮ, ਇਹਨਾਂ ਦਾ ਫਾਈਨੈਂਸ਼ੀਅਲ ਸਿਸਟਮ ਇੰਨਾ ਸਟਰੋਂਗ ਹੈ, ਇਹਨਾਂ ਨੂੰ ਪਤਾ ਹੈ ਕਿ ਬਈ ਸਾਡਾ ਚਾਈਨਾ ਨਾਲ ਸਾਨੂੰ ਇਫੈਕਟ ਪਏਗਾ, ਅਤੇ ਇਹ ਇਨਫੈਕਟ ਜਾ ਕੇ ਚਾਈਨਾ ਨੂੰ ਹੈਲਪ ਵੀ ਕਰ ਰਹੇ ਨੇ ਵਾਇਰਸ ਨੂੰ ਕਿਵੇਂ ਹੈਂਡਲ ਕੀਤਾ ਜਾਵੇ। ਇਹ ਨਹੀਂ ਕਿ ਇੱਥੇ ਚੁੱਪ ਕਰਕੇ ਬੈਠੇ ਨੇ ਕਿ ਅਸੀਂ ਅਮੈਰੀਕਾ 'ਚ ਬੈਠੇ ਹਾਂ, ਇਹ ਦੇ ਆਰ ਗੋਇੰਗ ਆਫਰਿੰਗ ਕਿ ਚਾਈਨੀਜ਼ ਗਵਰਨਮੈਂਟ ਨੂੰ ਕਿ ਤੁਹਾਡੀ ਜਿਹੜੀ ਪ੍ਰੋਬਲਮ ਹੈ ਅਸੀਂ ਇਹ ਹੈਲਪ ਕਰਨ ਨੂੰ ਰੈਡੀ ਹਾਂ ਕਿ ਤੁਹਾਨੂੰ ਸੋਲਵ ਕਰੇ। ਇੱਕ ਤਾਂ ਐਜ਼ ਏ ਹਿਊਮਨ ਬੀਇੰਗ ਇਹਨਾਂ ਨੇ ਚਾਈਨਾ ਗਵਰਨਮੈਂਟ ਨੂੰ ਆਫਰ ਕਰ ਰਹੇ ਨੇ ਕਿ ਤੁਹਾਡੀ ਅਸੀਂ ਟੇਕ ਕੇਅਰ ਕਰਦੇ ਹਾਂ। ਸੈਕਿੰਡਲੀ ਸਮਾਰਟ ਕੰਟਰੀ ਅਮੈਰੀਕਾ ਕਿ ਆਪਣੇ ਇਕਨੋਮਿਕ ਕੰਡੀਸ਼ਨ ਨੂੰ ਵੀ ਕਿ ਬਿਫੋਰ ਡਿਟੀਰੇਟ ਹੋਵੇ ਉਸ ਤੋਂ ਪਹਿਲੇ ਠੀਕ ਕਰ ਲਈ। ਇੱਕ ਹੈ ਇਹ ਉਹਦੇ ਨਾਲ ਅਗਰ ਇਹ ਕੰਟੀਨਿਊ ਚੱਲਦਾ ਰਿਹਾ ਡੈਫੀਨੇਟਲੀ ਸਾਡੀਆਂ ਸਾਰੀਆਂ ਜਿਹੜੀਆਂ ਚੀਜ਼ਾਂ ਅਸੀਂ ਡੇਲੀ ਬੇਸਿਸ ਯੂਜ਼ ਕਰਦੇ ਹਾਂ ਮੇਡ ਇਨ ਚਾਈਨਾ ਹੁੰਦੀਆਂ ਨੇ। ਇਨਫੈਕਟ ਤੁਸੀਂ ਕੋਈ ਵੀ ਚੀਜ਼ ਨੂੰ ਆਤਮ ਲਓ ਮੇਡ ਇਨ ਚਾਈਨਾ ਹੀ ਹੈ, ਅਤੇ ਉਹ ਚੀਜ਼ਾਂ ਅਗਰ ਆਉਣੀਆਂ ਘੱਟ ਜਾਣਗੀਆਂ, ਬੰਦ ਹੋਣਗੀਆਂ, ਜਾਂ ਜਿਹੜੀ ਰਹਿ ਗਈਆਂ ਮਹਿੰਗੀਆਂ ਹੋ ਜਾਣਗੀਆਂ, ਜਾਂ ਸਾਨੂੰ ਕੰਪਰੋਮਾਈਜ਼ ਕਰਨਾ ਪਏਗਾ ਕਿ ਬਈ ਅਸੀਂ ਇਹ ਚੀਜ਼ ਬਾਏ ਕਰਨੀ ਹੈ, ਇਹ ਨਹੀਂ ਮਿਲ ਰਹੀ ਹੈ, ਮਹੀਨੇ ਬਾਅਦ ਮਿਲੇਗੀ, ਤਾਂ ਉਹ ਲਾਈਫ ਐਡਜਸਟਮੈਂਟ ਕਰਨੀਆਂ ਪੈਣਗੀਆਂ। ਉਸ ਨਾਲ ਇਕਾਨਮੀ ਦਾ ਇੰਪੈਕਟ ਪਏਗਾ ਥੋੜ੍ਹਾ ਬਹੁਤਾ ਐਜ਼ ਏ ਕੰਜ਼ਿਊਮਰ ਗੁੱਡਸ ਵਾਈਜ਼। ਫਾਈਨੈਂਸ਼ੀਅਲ ਡਿਸਟ੍ਰਿਕਟ ਜਿਹੜਾ ਰਹਿ ਗਿਆ, ਜਿਵੇਂ ਅਸੀਂ ਗੱਲ ਕਰ ਰਹੇ ਹਾਂ ਰੀਅਲ ਅਸਟੇਟ ਦਾ, ਮੋਰਗੇਜ ਦੇ ਵਿੱਚ ਮਾਰਕੀਟ ਇਸ ਟਾਈਮ ਵੈਸੇ ਬੜੀ ਹਾਟ ਹੈਗੀ ਹੈ, ਅਤੇ ਉਹ ਹਾਰਡ ਮਾਰਕੀਟ ਕਰਕੇ ਉਹਨੂੰ ਇਮੀਜੀਏਟਲੀ ਕਰੋਨਾ ਵਾਇਰਸ ਦਾ ਕੋਈ ਡਾਇਰੈਕਟ ਲਿੰਕ ਨਹੀਂ ਹੈ ਕਿ ਬਈ ਕਿਉਂਕਿ ਚਾਈਨੀਜ਼ ਲੋਕ ਨਹੀਂ ਦਬਾ ਕੇ ਆ ਰਹੇ ਜੋ ਇੱਥੇ ਪ੍ਰਾਪਰਟੀਆਂ ਬਾਏ ਕਰ ਰਹੇ ਸੀ, ਜਿਹੜੇ ਐਗਜ਼ਿਸਟਿੰਗ ਲੋਕ ਇੱਥੇ ਰਹਿ ਰਹੇ ਨੇ ਉਹੀ ਉਹ ਪ੍ਰਾਪਰਟੀਆਂ ਬਾਏ ਕਰ ਰਹੇ ਨੇ, ਅਤੇ ਉਹਦਾ ਇੰਪੈਕਟ ਰੀਅਲ ਅਸਟੇਟ ਦਾ ਲੋਕਲ ਬਿਜ਼ਨਸ ਦੇ ਵਿੱਚ ਇਮੀਜੀਏਟ ਇੰਪੈਕਟ ਨਹੀਂ ਹੈ। ਮਾਰਕੀਟ ਇਜ਼ ਹਾਟ, ਮੋਰਗੇਜ ਮਾਰਕੀਟ ਇਜ਼ ਬਹੁਤ ਹੈ, ਇੰਟਰਸਟ ਰੇਟ ਲੋਐਸਟ ਇਨ ਡੈਕੇਡਸ ਹੈਗੇ ਨੇ। ਇਟਸ ਓਵਰਆਲ ਇਕਨੋਮਿਕ ਕੰਡੀਸ਼ਨ ਕਰਕੇ ਹੈ, ਟਰੰਪ ਦਾ ਐਫਰਟ ਹੈਗਾ ਵੇ, ਟਰੰਪ ਪ੍ਰੈਜੀਡੈਂਟ ਇਜ਼ ਗੁੱਡ, ਉਹਨੇ ਆ ਕੇ ਮੋਰਗੇਜ ਪ੍ਰੋਗਰਾਮ ਖੋਲ੍ਹੇ ਨੇ ਸਾਰੇ, ਜਿਹਦੇ ਨਾਲ ਜਿਹੜੇ ਲੋਕਾਂ ਨੂੰ ਮੋਰਗੇਜ ਨਹੀਂ ਮਿਲਦੀਆਂ ਸੀ ਓਬਾਮਾ ਟਾਈਮ 'ਤੇ, ਉਹਨਾਂ ਨੂੰ ਮੋਰਗੇਜ ਮਿਲਣੀ ਸ਼ੁਰੂ ਹੋ ਗਈ। ਮੋਰ ਬਾਇਰ ਹੈ, ਮੋਰ ਕੁਆਲੀਫਾਈਡ ਜਿਹਨਾਂ ਨੂੰ ਅਸੀਂ ਕਰਦੇ ਹਾਂ ਮੋਰਗੇਜ ਦੇ ਵਿੱਚ, ਅਤੇ ਰੀਅਲ ਅਸਟੇਟ ਪੀਕ 'ਤੇ ਹੈਗੀ। ਸੋ ਓਵਰਆਲ ਇਕਨੋਮਿਕ ਕੰਡੀਸ਼ਨ ਲੋਕਲੀ ਡੋਮੈਸਟਿਕਲੀ ਆਈ ਡੋਂਟ ਥਿੰਕ ਸੋ ਕੋਈ ਇੰਪੈਕਟ ਹੋਏਗਾ, ਕਿਉਂਕਿ ਇਜ਼ ਨਾਟ ਬੇਸਡ ਔਨ ਕਿ ਚਾਈਨਾ ਤੋਂ ਲੋਕ ਆ ਰਹੇ ਨੇ। ਕੰਜ਼ਿਊਮਰ ਸਾਈਡ 'ਤੇ ਫਰਕ ਪਏਗਾ, ਡੈਫੀਨੇਟਲੀ ਕੰਜ਼ਿਊਮਰ ਸਾਈਡ 'ਤੇ, ਕਿਉਂਕਿ ਕੰਜ਼ਿਊਮਰ ਗੁੱਡ ਸਾਰਾ ਹੀ ਚਾਈਨਾ ਤੋਂ ਆਉਂਦਾ। ਰਾਈਟ ਉਹ ਜੀ, ਤੁਸੀਂ ਇੱਕ ਬਹੁਤ ਵਧੀਆ ਗੱਲ ਕਹੀ ਸੀਗੀ ਜਦ ਬ੍ਰੇਕ ਦੇ ਵਿੱਚ ਅਸੀਂ ਗੱਲ ਕਰ ਰਹੇ ਸੀਗੇ, ਤੁਸੀਂ ਕਿਹਾ ਕਿ ਅੱਜ ਤੋਂ 20 ਸਾਲ ਪਹਿਲਾਂ ਜੋ ਤੁਸੀਂ ਪ੍ਰੋਡਕਟ ਜਿੰਨੇ ਡੋਲਰ 'ਚ ਖਰੀਦਦੇ ਸੀਗੇ, ਅੱਜ ਵੀ ਤੁਸੀਂ ਉਹਨਾਂ ਡੋਲਰ 'ਚ ਖਰੀਦਦੇ ਹੋ, ਤਾਂ ਉਹ ਐਕਸਪੀਰੀਅੰਸ ਤੁਹਾਨੂੰ ਕਿਵੇਂ ਜਿਹਾ ਮਹਿਸੂਸ ਹੁੰਦਾ? ਉਹ ਵੀ ਇੱਕ ਬੜਾ ਵੱਡਾ ਪਲੱਸ ਪੁਆਇੰਟ ਜਿਹੜਾ ਮੈਂ ਹਮੇਸ਼ਾ ਡਿਸਕਸ ਕਰਦਾ ਉਹਦੇ ਵਿੱਚ ਬੋਲਦਾ ਕਿ ਬਈ ਡੇਲੀ ਨੀਡਸ ਜਿਹੜੀ ਪਬਲਿਕ ਦੀ ਹੁੰਦੀ ਹੈ, ਅਗਰ ਕੋਈ ਬਿਲੋ ਪਾਵਰਟੀ ਲੈਵਲ ਹੈ, ਕੋਈ ਗਰੀਬ ਹੈ ਕਿ ਜਿਹੜਾ ਇੱਕ ਨਹੀਂ ਫੈਂਸੀ ਰੈਸਟੋਰੈਂਟ 'ਚ ਰੋਟੀ ਖਾ ਸਕਦਾ, ਅਤੇ ਡੇਲੀ ਨੀਡਸ ਦੇ ਵਿੱਚ ਇੱਕ ਬ੍ਰੈਡ ਬਟਰ ਮਿਲਕ ਅੰਡੇ ਅਤੇ ਤੁਹਾਡਾ ਗੱਡੀ ਦੀ ਗੈਸ। ਮੈਂ ਇਸ ਕੰਟਰੀ 'ਚ 85 'ਚ ਆਇਆ, ਅਤੇ ਉਸ ਵੇਲੇ ਸਾਨੂੰ $1 ਦੀ ਬ੍ਰੈਡ ਮਿਲਦੀ ਸੀ, ਅੱਜ ਵੀ ਜ਼ਿਆਦਾ ਬ੍ਰੈਡ ਕੋਈ $1.5-$2 ਦੀ ਬ੍ਰੈਡ ਮਿਲ ਜਾਂਦੀ, 99 ਸੈਂਟਸ ਦੀ ਵੀ ਮਿਲ ਜਾਂਦੀ ਅੱਜ ਕੱਲ੍ਹ, ਅਤੇ ਐਗਸ ਜਿਹੜੇ ਸੀਗੇ $1 ਦੇ ਡਜ਼ਨ ਮਿਲਦੇ ਸੀ, ਅੱਜ ਵੀ ਆਲਮੋਸਟ ਸੇਮ ਪ੍ਰਾਈਸ 'ਤੇ ਮਿਲ ਜਾਂਦੇ ਨੇ। ਮਿਲਕ ਕੋਈ ਜ਼ਿਆਦਾ
ਇਹ ਕੰਟਰੀ ਇੰਨੀ ਸਮਾਰਟ ਹੈ ਕਿ ਜੋ ਮੈਂ ਕ੍ਰੈਡਿਟ ਦਿੰਦਾ ਕਿ ਵੀ ਅਮੈਰੀਕਨ ਕੰਟਰੀ ਦਾ ਮੈਕਨਿਜ਼ਮ ਜੋ ਮੈਂ ਬੋਲਦਾ ਹਮੇਸ਼ਾ ਕਿ ਵੀ ਇਹਨਾਂ ਨੇ ਆਪਣੀ ਡੇਲੀ ਨੀਡਸ ਆਈਟਮ ਨੂੰ ਇੰਨਾ ਪ੍ਰਾਈਸ ਕੰਟਰੋਲ ਕਰਕੇ ਰੱਖਿਆ ਹੈ। ਗੈਸੋਲੀਨ ਜਿਹੜੀ ਹੈ ਅੱਜ ਤੋਂ 6 ਸਾਲ ਪਹਿਲੇ ਅਸੀਂ $5-6 ਦੀ ਗੈਲਨ ਦੀ ਗੈਸ ਪਵਾਈ ਸੀ, ਅੱਜ ਤੁਹਾਨੂੰ $3-3 ਦੀ ਰੇਂਜ ਗੈਸ ਮਿਲਦੀ, 50% ਰਿਡਕਸ਼ਨ ਹੋ ਗਈ। ਅਸੀਂ ਅਗਰ ਆਪਣੇ ਕੰਟਰੀ ਆਪਣੇ ਵਤਨ ਜਾਂਦੇ ਹਾਂ ਇੰਡੀਆ ਵਿੱਚ, ਕਦੀ ਇਹ ਤਾਂ ਨਹੀਂ ਸੁਣਿਆ ਕਿ ਉਹ ਇੱਥੇ ਗੈ ਪੈਟਰੋਲ ਉੱਥੇ ਅੱਧਾ ਹੋ ਗਿਆ। ਭਾਵੇਂ ਦੁਨੀਆ 'ਚ ਪੈਟਰੋਲ ਸਸਤਾ ਹੋ ਜਾਏਗਾ ਮਗਰ ਇੰਡੀਆ ਦੇ 'ਚ ਪੈਟਰੋਲ ਮਹਿੰਗਾ ਹੀ ਹੁੰਦਾ, ਅਤੇ ਉਹ ਪੈਟਰੋਲ ਉੱਥੇ ਮਹਿੰਗਾ ਹੋਣ ਨਾਲ ਹੁੰਦਾ ਕਿ ਜਿਹੜਾ ਗਰੀਬੀ ਜਿਹੜੀ ਇੰਡੀਆ 'ਚ ਹੈਗੀ ਹੈ ਉਹ ਅਫੋਰਡ ਨਹੀਂ ਕਰ ਸਕਦੀ ਜਿਹੜੀ ਮਹਿੰਗਾਈ ਨੂੰ, ਮਗਰ ਤਾਂ ਵੀ ਮਹਿੰਗਾਈ ਹੋਈ ਜਾ ਰਹੀ। ਇੱਥੇ ਰਿਵਰਸ ਹੈ, ਇੱਥੇ ਪੈਟਰੋਲ ਜਿਹੜਾ ਵੇ ਅੱਧੇ ਪ੍ਰਾਈਸ ਹੋ ਗਿਆ। ਪਹਿਲੇ ਵੀ $5 ਵੀ ਅਫੋਰਡੇਬਲ ਸੀਗਾ, ਚਲੋ ਠੀਕ ਹੈ ਜਿਹਨਾਂ ਲੋਕਾਂ ਹਰ ਬੰਦਾ ਠੀਕ ਹੈ ਮੋਸਟਲੀ ਅਫੋਰਡ ਕਰਦੇ ਸੀ ਲੋਕ, ਮਗਰ ਉਹਨੂੰ ਅੱਧਾ ਪ੍ਰਾਈਸ ਲੈਣ ਇਹ ਵੀ ਇੱਕ ਟੈਲੈਂਟ ਕੰਟਰੀ ਦਾ ਕਿ ਯੂਰਪ 'ਚ ਵੀ ਗੈਸ ਸਸਤੀ ਨਹੀਂ ਹੁੰਦੀ, ਇੱਕ ਅਮੈਰੀਕਾ 'ਚ ਸਸਤੀ ਹੋਈ। ਅਤੇ ਡੇਲੀ ਨੀਡਸ ਨੂੰ ਇੱਕ ਐਵਰੇਜ ਬੰਦੇ ਲਈ ਉਹਨੂੰ ਕੰਟਰੋਲ ਕਰਕੇ ਇਹ ਇੱਕ ਇਕਨੋਮਿਕ ਇੰਜਨ ਹੈਗਾ ਵੇ ਕਿ ਜਿਹਦੇ ਨਾਲ ਕੰਟਰੀ ਚੱਲ ਰਹੀ ਹੈ, ਰਾਈਟ। ਅਤੇ ਉਹ ਵੀ ਸੇਮ ਗੱਲ ਕਿ ਡੋਮੈਸਟਿਕਲੀ ਰੀਅਲ ਇਸਟੇਟ ਮਾਰਕੀਟ, ਮੋਰਗੇਜ ਮਾਰਕੀਟ ਜਿਹਦੇ ਨਾਲ ਅਸੀਂ ਰਿਲੇਟਡ ਹੈਗੇ ਹਾਂ, ਸਾਨੂੰ ਕੋਈ ਇਸ ਟਾਈਪ ਕਰੋਨਾ ਵਾਇਰਸ ਦਾ ਕੋਈ ਫੀਅਰ ਨਜ਼ਰ ਨਹੀਂ ਆ ਰਿਹਾ ਕਿ ਜਿਹਦੇ ਨਾਲ ਸਾਨੂੰ ਕੋਈ ਇੰਪੈਕਟ ਪਏਗਾ। ਸੋ ਐਜ਼ ਪਰ ਯੋਰ ਐਕਸਪੀਰੀਅੰਸ ਹਰਮਨ ਜੀ, ਜਿਵੇਂ ਤੁਸੀਂ ਟਰੰਪ ਗਵਰਨਮੈਂਟ ਦੀ ਗੱਲ ਕੀਤੀ ਕਿ ਹੀ ਇਜ਼ ਡੂਇੰਗ ਗੁੱਡ ਫੋਰ ਦੀ ਇਕਾਨਮੀ, ਸੋ ਵਟ ਯੂ ਥਿੰਕ ਵਟ ਵਿਲ ਬੀ ਦ ਫਿਊਚਰ ਰਾਈਟ ਫੋਰ ਦੀ ਪੀਪਲ ਦੋਜ਼ ਹੂ ਗੋਨਾ ਇਨਵੈਸਟ ਇਨ ਯੂ ਨੋ ਰੀਅਲ ਇਸਟੇਟ ਆਫ ਕੋਰਸ, ਐਂਡ ਵਟ ਸ਼ੁੱਡ ਦੇ ਡੂ ਇਨ ਯੂ ਨੋ ਟੂ ਇਨਵੈਸਟ ਮਨੀ ਰਾਈਟ ਨਾਓ ਸੋ ਗੈਟ ਰਿਟਰਨ ਇਨ ਫਿਊਚਰ? ਜਿਹੜੀ ਇਨਵੈਸਟਮੈਂਟਸ ਇਨ ਅਮੈਰੀਕਾ ਜਿਹੜੀਆਂ ਨੇ ਉਹ ਇੱਕ ਕਾਨਸੈਪਟ ਅਮੈਰੀਕਨ ਗਵਰਨਮੈਂਟ ਦਾ ਕਾਨਸੈਪਟ ਹੈ, ਅਮੈਰੀਕਨ ਫਾਈਨੈਂਸ਼ੀਅਲ ਸਿਸਟਮ ਦਾ ਹੈ, ਕਿ ਜਿਹਦੇ 'ਚ ਵਰਲਡ ਵਾਈਡ ਇਹ ਹਰ ਬਿਜ਼ਨਸਮੈਨ ਰਿਚ ਆਦਮੀ ਦਾ ਇਸ ਕੰਟਰੀ ਵਿੱਚ ਇੰਨਾ ਸੋਲਿਡ ਫੇਥ ਹੈ ਕਿ ਫਾਈਨੈਂਸ਼ੀਅਲ ਸਿਸਟਮ ਦੇ ਵਿੱਚ ਕਿ ਹਰ ਬੰਦਾ ਪੈਸੇ ਲੈ ਕੇ ਆਉਂਦਾ। ਜਦੋਂ ਪਿੱਛੇ ਅਸੀਂ ਸੁਣਦੇ ਸੀ ਵੀ ਚਾਈਨੀਜ਼ ਬਾਇਰ ਆ ਗਏ, ਚਾਈਨੀਜ਼ ਲੋਕ ਆ ਗਏ, ਘਰ ਬਾਏ ਕਰ ਰਹੇ ਨੇ, ਕੈਸ਼ ਬਾਏ ਕਰ ਰਹੇ ਨੇ, ਉਹ ਚਾਈਨਾ ਤੋਂ ਆ ਰਹੇ ਨੇ, ਕਿਉਂ ਆ ਰਹੇ ਨੇ? ਕਿਉਂਕਿ ਉਹਨਾਂ ਨੂੰ ਇੱਥੇ ਲੱਗਦਾ ਕਿ ਵੀ ਇੱਥੇ ਮੋਰ ਸੇਫਰ ਟੂ ਇਨਵੈਸਟ ਇਨ ਰੀਅਲ ਇਸਟੇਟ ਦੈਨ ਐਨੀਵੇਅਰ ਇਨ ਦਾ ਵਰਲਡ। ਰਸ਼ੀਅਨ ਆਏ, ਯੂਰਪ ਤੋਂ ਲੋਕ ਆਉਂਦੇ ਨੇ, ਇੱਥੇ ਪ੍ਰੋਪਰਟੀ ਬਾਏ ਕਰਦੇ ਨੇ, ਪੈਸਾ ਲੈ ਕੇ ਆਉਂਦੇ ਨੇ, ਬੈਂਕਾਂ ਜਮ੍ਹਾਂ ਕਰਾਤਾ, ਸੀਡੀ ਖੋਲਤੀਆਂ, ਭਾਵੇਂ ਇੰਟਰਸਟ 1% ਮਿਲ ਰਿਹਾ, 0.5% ਮਿਲ ਰਿਹਾ, ਉਹ ਸੀਗਾ ਕਿ ਸਾਡਾ ਪੈਸਾ ਸੇਫ ਹੈ ਅਮੈਰੀਕਾ ਦੇ ਵਿੱਚ। ਉਹ ਇੱਕ ਟਰੱਸਟ ਜਿਹੜਾ ਵਰਲਡ ਵਾਈਡ ਦੁਨੀਆ ਦਾ ਹੈਗਾ ਵੇ, ਉਹ ਸਾਰਾ ਇੱਥੇ ਅਮੈਰੀਕਾ ਜਾਂਦਾ ਵੇ। ਅਤੇ ਪ੍ਰਾਪਰਟੀਆਂ ਜਿਹੜੀਆਂ ਚਾਈਨੀਜ਼ ਲੋਕ ਬਾਏ ਕਰਦੇ ਸੀ ਚਾਈਨਾ ਤੋਂ ਆਉਂਦੇ ਸੀਗੇ, ਕਿਉਂ ਇੱਥੇ ਆਉਂਦੇ ਸੀ? ਉਹ ਕਿਸੇ ਹੋਰ ਵਰਲਡ ਦੇ ਦੂਜੇ ਹਿੱਸੇ ਵੀ ਜਾ ਸਕਦੇ ਸੀ, ਉਹ ਇੱਥੇ ਆਉਂਦੇ ਸੀ ਕਿ ਉਹਨਾਂ ਨੂੰ ਪਤਾ ਕਿ ਇੱਥੇ ਪ੍ਰਾਪਰਟੀਆਂ ਬਾਏ ਕਰਾਂਗੇ, ਇਹ ਕੰਟਰੀ ਗ੍ਰੇਡ ਹੈ, ਪ੍ਰਾਪਰਟੀਆਂ ਦੀ ਵੈਲਿਊ ਇਵੈਂਚੁਅਲੀ ਉੱਪਰ ਜਾਂਦੀਆਂ ਨੇ, ਰੀਅਲ ਇਸਟੇਟ ਹਮੇਸ਼ਾ ਉੱਪਰ ਜਾਂਦੀ ਹੈ, ਰੀਅਲ ਇਸਟੇਟ ਮੀਨਸ ਰੀਅਲ ਇਸਟੇਟ, ਰੀਅਲ ਹੈ। ਅਤੇ ਉਹ ਉੱਪਰ ਜਾਣੀ ਹੈ, ਅਤੇ ਪੈਸਾ ਵੀ ਸੇਫ ਹੋ ਗਿਆ, ਨਾਲ ਐਪਰੀਸ਼ੀਏਸ਼ਨ ਵੀ ਹੋ ਗਈ। ਉਹਨਾਂ ਦਾ ਗੋਲ ਜਿਹੜਾ ਵੇ ਕਿ ਐਪਰੀਸ਼ੀਏਸ਼ਨ ਵੱਲ ਕਾਫੀ ਲੋਕਾਂ ਦਾ ਨਹੀਂ ਹੁੰਦਾ, ਇਹਨਾਂ ਹੁੰਦਾ ਕਿ ਵੈਸੇ ਅਸੀਂ ਕੰਟਰੀ 'ਚੋਂ ਪੈਸਾ ਕੱਢਿਆ, ਸੇਫ ਜਗ੍ਹਾ 'ਤੇ ਜਾ ਕੇ ਇਨਵੈਸਟ ਕਰਤਾ, ਜਿਹੜਾ ਕੱਲ੍ਹ ਸਾਨੂੰ 10 ਸਾਲ ਬਾਅਦ ਸਾਨੂੰ ਲੋੜ ਪਏਗੀ ਸਾਨੂੰ ਮਿਲ ਜਾਏਗਾ। ਰਾਈਟ ਰਾਈਟ ਰਾਈਟ। ਅਤੇ ਉਹਦਾ ਕੋਈ ਇਫੈਕਟ ਜਿਹੜਾ ਹੈਗਾ ਇਕਨੋਮੀ ਦੇ ਉੱਤੇ ਨਹੀਂ ਪੈਂਦਾ, ਔਰ ਤੁਹਾਡੇ ਬਿਜ਼ਨਸ ਦੇ ਉੱਤੇ ਵੀ ਨਹੀਂ ਪਿਆ? ਸਾਡੇ ਬਿਜ਼ਨਸ 'ਤੇ ਬਿਲਕੁਲ, ਸਾਡੇ ਬਿਜ਼ਨਸ 'ਤੇ ਇੰਪੈਕਟ ਨਹੀਂ ਪੈਂਦਾ ਬਿਲਕੁਲ। ਆਈ ਡੋਂਟ ਥਿੰਕ ਸੋ ਕਿ ਵੀ ਕਰੋਨਾ ਵਾਇਰਸ ਦਾ ਵੇ ਕੋਈ ਡਾਇਰੈਕਟ ਲਿੰਕ ਹੋਈ ਗੱਲ ਹੈ, ਰੀਅਲ ਇਸਟੇਟ ਮਾਰਕੀਟ ਇਜ਼ ਆਲਰੇਡੀ ਹਾਟ, ਇੱਥੇ ਹੀ ਇੰਨੇ ਬਾਇਰ ਹੈਗੇ ਨੇ, ਅਗਰ ਥੋੜ੍ਹੇ ਬਾਇਰ ਘੱਟ ਵੀ ਗਏ ਬਾਹਰੋਂ ਆਉਣੇ, ਮਗਰ ਆਲਰੇਡੀ ਡੋਮੈਸਟਿਕ ਬਾਇਰ ਇੰਨਾ ਜ਼ਿਆਦਾ ਵੇ, ਕਿਉਂਕਿ ਇੰਟਰਸਟ ਰੇਟ ਲੋਅ ਕਰਕੇ ਮੋਸਟਲੀ 10-15-20% ਲੋਕ ਜ਼ਿਆਦਾ ਕੁਆਲੀਫਾਈ ਹੁੰਦੇ ਨੇ, ਅਤੇ ਉਹ ਕੁਆਲੀਫਿਕੇਸ਼ਨ ਮੀਨਸ ਕਿ ਲੋਕਲ ਬਾਇਰ 20% ਆਲਰੇਡੀ ਵਧਿਆ ਹੋਇਆ, ਅਤੇ ਬਾਹਰੋਂ ਅਗਰ ਬਾਇਰ ਨਹੀਂ ਵੀ ਆਇਆ ਤਾਂ ਸਾਨੂੰ ਇੱਥੇ ਡੋਮੈਸਟਿਕਲੀ ਵੀ ਆਰ ਫੀਡਿੰਗ। ਜੇ ਬਿਜ਼ਨਸ ਮੈਨ ਹੈ ਜਿਹਨਾਂ ਨੇ ਟਰੰਪ ਦੀ ਇੱਥੇ ਸ਼ਲਾਘਾ ਕੀਤੀ ਦੇ ਨਾਲ, ਮੈਂ ਇਹ ਵੀ ਜਾਣਨਾ ਚਾਹੁੰਦਾ ਕਿ 2020 ਦੇ ਵਿੱਚ ਤੁਹਾਨੂੰ ਕੀ ਲੱਗਦਾ? ਮੇਰਾ ਮੋਸਟ ਲਾਈਕਲੀ ਜੀ ਟਰੰਪ ਇਲੈਕਸ਼ਨ ਜਿੱਤੇਗਾ। ਅੱਛਾ, ਦੈਟਸ ਵਾਟ ਆਈ ਥਿੰਕ ਸੋ, ਐਂਡ ਇਕਨੋਮੀ ਵਿਲ ਬੀ ਗ੍ਰੇਟ, ਵੈਰੀ ਹੈਲਥੀ ਫਾਰ ਨੈਕਸਟ 5-10 ਈਅਰਸ। ਚਲੋ ਲੈਟਸ ਸੀ, ਲੇਕਿਨ ਹੁਣ ਉਹ ਤਾਂ ਇਲੈਕਸ਼ਨ ਤੋਂ ਬਾਅਦ ਰਿਜ਼ਲਟ ਦੱਸਣਗੇ ਕਿ ਕੌਣ ਜਿੱਤਦਾ, ਡੈਮੋਕਰੈਟਸ ਅੱਗੇ ਆਉਂਦੇ ਜਾਂ ਫਿਰ ਰਿਪਬਲਿਕਨ ਅੱਗੇ ਆਉਂਦੇ, ਕਿਉਂਕਿ ਇਹੀ ਦੇਸ਼ ਦਾ ਢਾਂਚਾ, ਇਸ ਢਾਂਚੇ ਦੇ ਵਿੱਚ ਅਸੀਂ ਆਪਣੇ ਮਤ ਦਾ ਇਸਤੇਮਾਲ ਕਰਦੇ ਹਾਂ, ਔਰ ਜਦ ਉਸ ਮਤ ਨੂੰ ਜਾ ਕੇ ਅਸੀਂ ਕੈਦ ਕਰਦੇ ਹਾਂ ਆਪਣੇ ਡ੍ਰੀਮਸ ਦੇ ਲਈ, ਲੇਕਿਨ ਜਦ ਉਹ ਮਤ ਖੁੱਲ੍ਹਦੇ ਹਨ ਤਾਂ ਫਿਰ ਇਸ ਦੇਸ਼ ਦਾ ਰਾਸ਼ਟਰਪਤੀ ਚੁਣ ਕੇ ਸਾਹਮਣੇ ਆਉਂਦਾ, ਜੋ ਕਿ ਕਈ ਸਾਰੇ ਵਾਅਦੇ ਸਾਡੇ ਨਾਲ ਕਰਦਾ, ਲੇਕਿਨ ਬਿਜ਼ਨਸ ਨੂੰ ਕਿਸ ਤਰੀਕੇ ਨਾਲ ਅੱਗੇ ਲੈ ਕੇ ਜਾਇਆ ਜਾ ਸਕਦਾ ਜਾਂ ਫਿਰ ਇਕੋਨਮੀ ਨੂੰ ਕਿਵੇਂ ਸਟਰੋਂਗ ਕੀਤਾ ਜਾ ਸਕਦਾ, ਹਰ ਦੇਸ਼ ਦਾ ਰਾਸ਼ਟਰਪਤੀ ਜਾਂ ਪ੍ਰਧਾਨ ਮੰਤਰੀ ਇਸ ਬਾਰੇ ਜ਼ਰੂਰ ਵਚਨਬੱਧ ਹੁੰਦਾ, ਭਾਵੇਂ ਜਿੰਨੇ ਮਰਜ਼ੀ ਵਾਇਰਸ ਆ ਜਾਣ। ਤਾਂ ਕਰੋਨਾ ਵਾਇਰਸ ਹਾਲ ਫਿਲਹਾਲ ਦੇ ਵਿੱਚ ਬਿਜ਼ਨਸਿਸ ਨੂੰ, ਜਿਵੇਂ ਸਾਨੂੰ ਇੱਥੇ ਉਹਗੇ ਕਾਰੋਬਾਰੀ ਨੇ ਦੱਸਿਆ ਕਿ ਨਹੀਂ ਇਫੈਕਟ ਕਰ ਰਿਹਾ, ਤਾਂ ਵੇਖਣਾ ਹੋਏਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਚੈਲੰਜਸ ਹੋਰ ਹਨ ਇਸ ਕੰਟਰੀ ਦੇ ਵਿੱਚ। ਅਤੇ ਫਿਲਹਾਲ ਮੈਂ ਇੱਕ ਬ੍ਰੇਕ ਲਈ ਰੁਕ ਰਿਹਾ, ਬ੍ਰੇਕ ਤੋਂ ਬਾਅਦ ਅਸੀਂ ਰੈਪਅਪ ਕਰਾਂਗੇ ਕਰੋਨਾ ਵਾਇਰਸ ਬਾਰੇ, ਅਤੇ ਕਈ ਅਹਿਮ ਸਵਾਲ ਹੋਰ ਵੀ ਨੇ, ਸੋ ਆਈਲ ਗੈਟ ਸਤਬੀਰ ਸਿੰਘ ਬੇਦੀ ਵਿਦ ਮੀ ਟੂ ਰੈਪਅਪ ਔਨ ਦਿਸ ਪ੍ਰੋਗਰਾਮ ਆਫਟਰ ਦਿਸ ਸ਼ਾਰਟ ਬ੍ਰੇਕ।
ਜਿਹਦੇ ਬਾਅਦ ਸਵਾਗਤ ਹੈ ਗੱਲ ਕਰੋਨਾ ਵਾਇਰਸ ਜਿੱਥੇ ਕਰ ਰਹੇ ਸੀਗੇ, ਲੇਕਿਨ ਹੁਣ ਥੋੜ੍ਹੀ ਜਿਹੀ ਗੱਲ ਅਮੈਰੀਕਨ ਪੋਲੀਟਿਕਸ ਦੀ ਕਰ ਲੈਂਦੇ ਹਾਂ ਕਿ 2020 ਦੇ ਵਿੱਚ ਕੀ ਕੁਝ ਰੁਝਾਨ ਜਿਹੜੇ ਨੇ ਸਾਹਮਣੇ ਆਉਣਗੇ। ਟਾਊਨ ਆਫ ਆਸਟਰ ਬੇ ਨਿਊਯਾਰਕ ਵਿਖੇ ਜਿੱਥੇ ਸਾਡੇ ਨਾਲ ਅਸੀਂ ਹਮੇਸ਼ਾ ਤੁਹਾਨੂੰ ਮੁਖਾਤਿਬ ਕਰਾਉਂਦੇ ਹਾਂ, ਪਹਿਲਾਂ ਤਾਂ ਐਜ਼ ਐਨ ਕਾਰੋਬਾਰੀ ਮੈਂ ਇਹਨਾਂ ਦੇ ਕਮੈਂਟਸ ਲਿੱਤੇ, ਹੁਣ ਐਜ਼ ਐਨ ਪੋਲੀਟੀਸ਼ੀਅਨ ਲੈਟ ਮੀ ਹੈਵ ਇਸ ਕਮੈਂਟਸ ਔਨ ਅਮੈਰੀਕਨ ਪੋਲੀਟਿਕਸ ਫੋਰ ਸ਼ੋਰ। ਹੀ ਇਜ਼ ਡਾਇਰੈਕਟਰ ਆਫ ਮਿਨੋਰਟੀ ਅਫੇਅਰਸ ਟਾਊਨ ਆਫ ਆਸਟਰ ਬੇ। ਸੋ ਸਦਵੀ, ਟੈਲ ਮੀ ਅਬਾਊਟ ਵਟਸ ਹੈਪਨਿੰਗ, ਸੋ ਵਟ ਯੂ ਥਿੰਕ ਹੂ ਗੋਨਾ ਬੀ ਦ ਨੈਕਸਟ ਪ੍ਰੈਜ਼ੀਡੈਂਟ ਐਸ ਪਰ ਯੂਰ I am not asking as per republic or democracy, no, no. As per individual of American citizen. Dekho ji, as an American citizen, agar gal kariye ਤਾਂ ਜੋ ਇਸ ਕੰਟਰੀ 'ਚ ਅੱਜ ਦੇ ਦਿਨ ਹੋ ਰਿਹਾ, ਟਰੰਪ ਦੀ ਜਿਹੜੀ ਸਕਸੈਸਫੁਲ ਬਿਜ਼ਨਸਮੈਨ ਟੈਕਟਿਕਸ ਜਿਹੜੀ ਉਹ ਪੂਰੀ ਜ਼ਿੰਦਗੀ ਕਰਦਾ ਰਿਹਾ, ਉਹ ਸਕਸੈਸਫੁਲ ਰਿਹਾ, ਪਰ ਜਿੰਨੇ ਵੀ ਇਨਵੈਸਟ ਕੀਤਾ ਟਰੰਪ 'ਚ ਉਹ ਬੈਂਕਰਪਸੀ ਕਰਕੇ ਬਾਹਰ ਨਿਕਲੇ ਆ। ਮੀਨਿੰਗ ਹੀ ਵਾਜ਼ ਅ ਸਕਸੈਸਫੁਲ ਬਿਜ਼ਨਸਮੈਨ, ਹੀ ਮੇਡ ਮਿਲੀਅਨਸ ਐਂਡ ਬਿਲੀਅਨਸ, ਪਰ ਅਗਰ ਟਰੰਪ ਦੀ ਰੀਅਲ ਹਿਸਟਰੀ ਦੇਖੀ ਜਾਏ ਤਾਂ ਬੈਂਕਰਪਸੀਆਂ ਨਾਲ ਭਰੀ ਹੈ। ਹੁਣ ਪੋਲਿਟਿਕਸ ਦੇ ਵਿੱਚ ਆਉਂਦੇ ਹਾਂ, ਉਹਨੇ ਉਹੀ ਜਿਹੜਾ ਮਾਡਲ ਲੈ ਕੇ ਉਹਨੇ ਪੋਲਿਟਿਕਸ ਚੂਜ਼ ਕੀਤਾ। ਉਹਨੇ ਕੀ ਕੀਤਾ, ਸਾਰਿਆਂ ਨੂੰ ਪਤਾ ਹੈ, ਕੋਈ ਨਵੀਂ ਗੱਲ ਨਹੀਂ ਹੈ, ਉਹਨੇ ਜਾ ਕੇ ਹਾਰਡ ਕੋਰ ਕਹਿੰਦਾ ਕੋਈ ਨਹੀਂ ਹੈ, ਮੇਕ ਅਮੈਰੀਕਾ ਗ੍ਰੇਟ ਅਗੇਨ ਦਾ ਮਤਲਬ ਮੇਕ ਅਮੈਰੀਕਾ ਵਾਈਟ ਅਗੇਨ, ਸਿੱਧੀ ਗੱਲ ਹੈ। ਦੇਖੋ ਜੀ, ਜਿੱਥੇ ਵੀ ਜਾਓ ਤੁਸੀਂ, ਹਰ ਬੰਦਾ, ਥੈਂਕ ਗਾਡ, ਇੱਕ ਟਾਈਮ ਹੁੰਦਾ ਸੀ ਅਸੀਂ ਅਲਬੈਮਾ ਨਿਊਓਰਲੀਨਸ ਡਰਾਈਵ ਕਰਦੇ ਸੀਗੇ ਪਗੜੀਆਂ ਪਾ ਕੇ, ਤੇ ਲੋਕ ਸਾਨੂੰ ਪੁੱਛਦੇ ਸੀ, ਯਾਰ ਕੌਣੇ ਹੋ ਤੁਸੀਂ, ਕਦੀ ਦੇਖਿਆ ਨਹੀਂ ਤੁਹਾਨੂੰ। ਇੱਕ ਉਹ ਟਾਈਮ ਆ ਗਿਆ ਜਿਹੜਾ ਉੱਦਾਂ ਦੇ ਸ਼ਹਿਰਾਂ 'ਚ ਅੱਜ ਮੈਂ ਬਿਲਕੁਲ ਆਪਣੀ ਫੈਮਿਲੀ ਨੂੰ ਲੈ ਕੇ ਨਹੀਂ ਜਾਵਾਂਗਾ ਇਕੱਲੇ, ਅਗਰ ਸਿਕਿਉਰਿਟੀ ਨਹੀਂ ਹੋਏਗੀ ਜਾਂ ਅਫੀਸ਼ੀਅਲ ਨਹੀਂ ਹੋਣਗੇ ਮੇਰੇ। ਕਿਉਂ ਲੱਗਦਾ ਤੁਹਾਨੂੰ? ਲੱਗਦਾ ਨਹੀਂ ਹੈ, ਇਟਸ ਵੈਰੀ ਆਨੈਸਟਲੀ ਟਰੂ, ਬਿਕੋਜ਼ ਅਮੈਰੀਕਾ, ਅਸੀਂ ਮੇਜਰ ਸਿਟੀਆਂ ਰਹਿ ਕੇ ਸਾਨੂੰ ਲੱਗਦਾ ਵੀ ਕਿ ਠੀਕ ਹੈ ਵੀ ਅਸੀਂ ਸੇਫ ਹਾਂ, ਹਾਂ ਅਸੀਂ ਸੇਫ ਹਾਂ, ਪਰ ਜਿਹੜੀ ਸੈਕਿੰਡ ਅਮੈਂਡਮੈਂਟ ਰਾਈਟ ਹੈਗੀ, ਰਾਈਟ ਟੂ ਬੇਅਰ ਆਰਮਸ, 90% ਆਫ ਅਮੈਰੀਕਾ ਕੋਲ ਆਪਣੇ ਵੈਪਨਸ ਹਨ, ਰਾਈਟ। ਗੋਰੇ ਤਾਂ ਗੇਮਿੰਗ ਲਈ ਵੀ ਕਰਦੇ ਆ, ਸੇਫਟੀ ਲਈ ਵੀ ਕਰਦੇ ਆ, ਰਾਈਟ। ਆਈ ਆਈ ਅਪਰੂਵ ਦੈਟ ਕਿ ਜਿਹੜਾ ਬੰਦਾ 10 acres ਦੀ ਪ੍ਰੋਪਰਟੀ 'ਚ ਇਕੱਲਾ ਰਹਿ ਰਿਹਾ ਛੋਟੇ ਦੇ ਘਰ 'ਚ, ਅਤੇ ਉਹਦੇ ਕੋਲ ਅਗਰ ਗਨ ਨਹੀਂ ਹੈਗੀ ਅਤੇ ਲਾਅ ਨਹੀਂ ਹੈਗਾ ਕਿ ਅਗਰ ਲਾਅ ਲਿਖਿਆ ਹੋਇਆ ਕਿ ਗਨ ਅਪਲਾਈ ਕਰ ਸਕਦਾ, ਬੰਦਾ ਰੱਖ ਸਕਦਾ, ਹੁਣ ਕੋਈ ਚੋਰ ਆਉਂਦਾ ਬਾਹਰੋਂ ਦੀ, 10 acres 'ਚ ਬੰਦਾ ਇਕੱਲਾ ਰਹਿ ਰਿਹਾ ਅਪਸਟੇਟ ਨਿਊਯਾਰਕ, ਛੋਟਾ ਜਿਹਾ ਘਰ ਹੈ ਭਾਅ ਜੀ, 100 acres, 10 acres, 15 acres ਕਹਿ ਲਓ, ਜਿੰਨੇ ਮਰਜ਼ੀ ਏਕਰ ਕਹਿ ਲਓ, ਉਹ ਬੰਦੇ ਨੂੰ ਕੋਈ ਆ ਕੇ ਮਾਰ ਦੇ, ਕਿਉਂਕਿ ਅਗਰ ਗਨ ਲਾਅ ਨਹੀਂ ਹੈ ਕਿ ਗਨ ਨਹੀਂ ਰੱਖ ਸਕਦੇ, ਤਾਂ ਉਹ ਬੰਦਾ ਮੁਰਾਬਰੀ ਵੀ ਹੋਏਗੀ, ਮਰੇਗਾ। ਪੋਲੀਟਿਕਸ ਦੀ ਜਿੱਥੇ ਤੁਸੀਂ ਕੁਐਸਚਨ ਪੁੱਛਿਆ ਕਿ ਕਿਹੜਾ ਆਏਗਾ, ਦੇਖੋ ਜੀ, ਟਰੰਪ ਨੇ ਆਪਣਾ ਟਰੰਪ ਕਾਰਡ ਖੇਡ ਚੁੱਕਾ, ਉਹ ਸਾਰੇ ਗੋਰਿਆਂ ਨੂੰ ਐਕਟਿਵ ਕਰ ਚੁੱਕਾ। ਤੁਸੀਂ ਇੱਥੇ ਹੀ ਨਿਊਯਾਰਕ 'ਚ ਦੇਖ ਲਓ, ਨੋਰਥ ਸ਼ੋਰ, ਜਿੱਥੇ ਤੁਸੀਂ ਐਲ ਆਈ ਤੋਂ ਨੋਰਥ, ਅਸੀਂ ਲੌਂਗ ਆਈਲੈਂਡ ਰਹਿੰਦੇ ਹਾਂ, ਲੌਂਗ ਆਈਲੈਂਡ ਦੀ ਗੱਲ ਕਰਦਾ, ਨੋਰਥ ਸ਼ੋਰ 'ਚ ਜਾਓ, ਸਾਰੇ ਠੀਕ ਹੈ ਵੀ, ਮਿਕਸਡ ਫੀਲਿੰਗ ਹੈਗੀ ਹੈ ਵੀ, ਡੈਮੋਕਰੈਟਸ ਵੀ ਹੈ, ਰਿਪਬਲਿਕਨਸ ਵੀ ਹੈ, ਸਾਰੇ ਬਿਜ਼ਨਸਮੈਨ ਵੀ ਹੈ, ਪਰ ਅਗਰ ਤੁਸੀਂ ਸਾਊਥ ਸ਼ੋਰ ਜਾਓ, ਹਾਂ, ਸਾਰੇ ਟਰੰਪ ਫੈਨ ਆ। ਹਾਂ, ਓਕੇ, ਸਤਬੀਰ, ਵਟ ਯੂ ਥਿੰਕ ਕਿ ਆਪਾਂ ਇੰਨੇ ਸਾਰੇ ਇਸ਼ੂਜ਼ ਉੱਤੇ ਗੱਲ ਕਰਦੇ ਹਾਂ, ਵਟ ਆਰ ਦੀ ਮੇਜਰ ਸਿੱਖ ਇਸ਼ੂਜ਼ ਜਿਹੜੇ ਜਿਨ੍ਹਾਂ ਦੇ ਉੱਤੇ ਸਾਨੂੰ ਗੱਲ ਕਰਨੀ ਚਾਹੀਦੀ ਹੈ, ਸਰਕਾਰ ਦੇ ਨਾਲ ਸਾਨੂੰ ਡਾਇਲੋਗ ਕਰਨਾ ਚਾਹੀਦਾ ਹੈ, ਕੀ ਕੁਝ ਸਾਨੂੰ ਲਿਆਉਣ ਦੀ ਲੋੜ ਹੈ ਟੇਬਲ ਦੇ ਉੱਤੇ? ਦੇਖੋ ਜੀ, ਆਲਰੇਡੀ ਸਾਡਾ ਮੂਵਮੈਂਟ ਸਟਾਰਟ ਹੋ ਚੁੱਕਾ, ਸਾਡੇ ਕਈ ਸਰਦਾਰ ਜਿਹੜੇ ਸਿੱਖ ਬੰਦੇ ਹੈਗੇ ਹੈ, ਉਨੀ ਆਰਮੀ 'ਚ ਵੀ ਹੈ, ਮਿਲਟਰੀ ਹੈ, ਜ਼ਰੂਰੀ ਨਹੀਂ ਹੈ ਕਿ ਉਹ ਪਗੜੀ ਧਾਰਨ ਹੋਣ, ਸਾਡੇ ਸਿੱਖ ਜਿਹੜੇ ਬੜੇ ਸਿੱਖ ਹੈਗੇ ਹੈ ਜਿਹੜੇ ਆਰਮੀ 'ਚ, ਨੇਵੀ 'ਚ, ਡਾਕਟਰ ਵਾਈਜ਼ ਵੀ ਜਾ ਰਹੇ ਨੇ, ਰਾਈਟ, ਲੜਾਈ ਕਰਨ ਵੀ ਜਾ ਰਹੇ ਨੇ, ਪੁਲਿਸ ਆਫਿਸਰ ਬਣ ਰਹੇ ਨੇ, ਉਹ ਮੂਵਮੈਂਟ ਸਟਾਰਟ ਹੋ ਗਿਆ, ਪਰ ਰੀਅਲ ਮੂਵਮੈਂਟ, ਉਹ ਤਾਂ ਮੂਵਮੈਂਟ ਹੋ ਗਿਆ ਅਤੇ ਉਹ ਹੁਣ ਸਟਾਪ ਨਹੀਂ ਹੋਏਗਾ ਕਿਉਂਕਿ ਅਪਰੂਵਲ ਮਿਲ ਚੁੱਕੀ ਹੈ ਪਗੜੀਆਂ ਅਤੇ ਦਾੜੀਆਂ ਰੱਖਣ ਦੀ, ਸੋ ਠੀਕ ਹੈ, ਪਰ ਰੀਅਲ ਮੂਵਮੈਂਟ ਹੈ, ਜਿੱਦਾਂ ਮੈਂ ਹਰ ਵੇਲੇ ਕਹਿੰਦਾ ਜਦੋਂ ਵੀ ਤੁਹਾਨੂੰ ਮਿਲਦਾ, ਕਿ ਜਦ ਤੱਕ ਯੰਗਸਟਰਸ ਤੇ ਅਡਲਟ ਸਾਰੇ ਆਪਣੀ ਵੋਟਿੰਗ ਰਜਿਸਟਰ ਨਹੀਂ ਕਰਨਗੇ, ਆਪਣੀ ਵੋਟ ਦੀ ਪਾਵਰ ਨਹੀਂ ਯੂਜ਼ ਕਰਨਗੇ, ਉਦੋਂ ਤੱਕ ਸਾਡੇ ਨੈਕਸਟ ਜਿਹੜੇ ਮੁੱਦੇ ਹੈਗੇ ਆ, ਅਸੀਂ ਉਹਨਾਂ ਦੀ ਅਪਰੂਵਲ ਨਹੀਂ ਲੈ ਸਕਦੇ। ਪੋਲੀਟਿਕਸ 'ਚ ਵੜੋ, ਜ਼ਰੂਰੀ ਨਹੀਂ ਡਰਟੀ ਪੋਲੀਟਿਕਸ ਖੇਲਣੀ ਹੈ, ਡਰਟੀ ਪੋਲੀਟਿਕਸ ਤੁਸੀਂ ਛੱਡ ਦਿਓ, ਅਸੀਂ ਇੰਡੀਆ ਤੋਂ ਨਿਕਲ ਚੁੱਕੇ ਹਾਂ, ਅਮਰੀਕਾ ਆ ਚੁੱਕੇ ਹਾਂ, ਅਮਰੀਕਾ ਦੀ ਪੋਲੀਟਿਕਸ ਇਹ ਹੈਗੀ ਕਿ ਜਦ ਤੱਕ ਸਾਡੇ ਆਪਣੇ ਬੰਦੇ ਅੰਦਰ ਨਹੀਂ ਹੈ ਪੋਲੀਟਿਕਸ ਦੇ, ਉਦੋਂ ਤੱਕ ਸਾਨੂੰ ਰੀਅਲੀ ਪਤਾ ਨਹੀਂ ਤੇ ਕੰਟਰੋਲ ਕੁਛ ਨਹੀਂ ਤੇ ਗੱਲ ਕਰਦੇ ਹਾਂ ਬਿਜ਼ਨਸ ਦੀ ਥੋੜ੍ਹੀ, ਕਿ ਕੰਸਟਰਕਸ਼ਨ ਦੇ ਜਿੰਨੇ ਵੀ ਜੋਬ ਹੈਗੇ ਨੈਸਾ ਕਾਉਂਟੀ ਦੇ ਹੈ, ਉਹ ਸਾਰੇ ਇਟਾਲੀਅਨਾਂ ਨੂੰ ਮਿਲੇ ਹੋਏ ਨੇ, ਰਾਈਟ, ਵਾਈ ਇਜ਼ ਦੈਟ?
ਬਿਕੋਜ਼ ਉਹ ਸਾਰੇ ਬੰਦੇ ਜਿਹੜੇ ਪੋਲੀਟੀਕਲ ਬੰਦੇ ਆ ਉਹ ਚਲਾ ਰਹੇ ਨੇ, ਸੋ ਆਪਣੇ ਹੀ ਬੰਦਿਆਂ ਨੂੰ ਜਵਾਬ ਦੇਣਗੇ, ਰਾਈਟ, ਸਾਰੇ ਕੰਟਰੈਕਟ ਗਵਰਨਮੈਂਟ ਦੇ ਆਪਣੇ ਬੰਦਿਆਂ ਨੂੰ ਮਿਲਣਗੇ, ਰਾਈਟ, ਸਿਟੀ 'ਚ ਦੇਖੋ ਆਪਣੇ ਬੰਦਿਆਂ ਨੂੰ ਕੰਟਰੈਕਟ ਮਿਲਦੇ ਆ, ਲੌਂਗ ਆਈਲੈਂਡ 'ਚ ਕੋਈ ਕੰਟਰੈਕਟ ਨਹੀਂ ਮਿਲਦਾ, ਅੰਦਰ ਜਾਣਾ ਪੈਣਾ, ਰਾਈਟ, ਤੇ ਇੱਕ ਇੱਕ ਸਾਡੇ ਹੋਰ ਵੀ ਪੈਰੋਕਾਰ ਆ ਕਹਿੰਦੇ ਹਨ ਕਿ ਸਾਡੀ ਕੌਮ ਦੇ ਵਿੱਚ ਵੀ ਕਈ ਸਾਰੇ ਕੋਰੋਨਾ ਵਾਇਰਸ ਆ ਗਏ ਨੇ, ਉਹਨਾਂ ਨੂੰ ਕਿਵੇਂ ਨਿਪਟ ਸਕਦੇ ਹਾਂ? ਦੇਖੋ ਜੀ, ਮੈਨੂੰ ਆਈ ਕਾਈਂਡ ਆਫ ਫੀਲ ਕਿ ਮੈਨੂੰ ਲੱਗ ਰਿਹਾ ਕਿ ਤੁਸੀਂ ਕੀ ਗੱਲ ਕਰ ਰਹੇ ਹੋ, ਪਰ ਕਰੋਨਾ ਵਾਇਰਸ ਕੀ ਹੈ ਕਿ ਕਰੋਨਾ ਵਾਇਰਸ ਦਾ ਉੱਦਾਂ ਹੀ ਨਾਮ ਲੈ ਲਓ, ਹਰ ਕਮਿਊਨਿਟੀ 'ਚ ਕੋਈ ਨਾ ਕੋਈ ਵਾਇਰਸ ਹੁੰਦਾ, ਅਤੇ ਅਗਰ ਪੋਲੀਟੀਕਲੀ ਮੈਨੂੰ ਪੁੱਛੋ ਤਾਂ ਸਾਡੀ ਕਮਿਊਨਿਟੀ 'ਚ ਬੜਾ ਕੁਛ ਵਾਇਰਸ ਹੋਇਆ ਪਿਆ, ਅਤੇ ਸਾਨੂੰ ਉਹ ਕਲੀਨ ਕਰਨਾ ਚਾਹੀਦਾ, ਰੀਅਲ ਲੀਡਰਸ਼ਿਪ ਫੋਲੋ ਕਰਨੀ ਚਾਹੀਦੀ ਹੈ, ਰੀਅਲ ਲੀਡਰਸ਼ਿਪ ਦਾ ਮਤਲਬ ਹੈ ਕਿ ਯੂਜ਼ ਕਿਸੇ ਨੂੰ ਨਾ ਕਰੋ, ਆਪਣੀ ਕਮਿਊਨਿਟੀ ਨੂੰ ਪਹਿਲਾਂ ਰੱਖੋ, ਰਾਈਟ ਰਾਈਟ ਰਾਈਟ। ਸੋ ਜਿਹੜਾ ਵੀ ਬੱਚਾ ਸੁਣ ਰਿਹਾ ਹੈ ਤੇ ਆਪਣੇ ਸਾਰੇ ਅਡਲਟਸ ਨੂੰ ਹੈ ਕਿ ਬੱਚਿਆਂ ਨੂੰ ਇਨਵੋਲਵ ਕਰੋ, ਬਿਲਕੁਲ ਮੇਨਸਟ੍ਰੀਮ ਪੋਲਿਟਿਕਸ ਦੇ ਵਿੱਚ ਜਾਣਾ ਵੀ ਸਾਡੀ ਜ਼ਿੰਮੇਵਾਰੀ ਬਣਦੀ ਹੈ, ਤੇ ਇਹ ਵਾਇਰਸਸ ਤਾਂ ਆਉਂਦੇ ਔਰ ਜਾਂਦੇ ਰਹਿਣਗੇ, ਲੇਕਿਨ ਆਪਾਂ ਇਸ ਕੰਟਰੀ ਨੂੰ ਕਿਵੇਂ ਸਟਰੈਂਥਨ ਦਈਏ, ਕਿਵੇਂ ਆਪਾਂ ਇਹਨੂੰ ਹੋਰ ਮਜ਼ਬੂਤੀ ਦਈਏ, ਤਾਂ ਕਿ ਜਿੱਥੇ ਅੱਜ ਸਾਡੇ ਬੱਚਿਆਂ ਦੀ ਅਪਬ੍ਰਿੰਗਿੰਗ ਹੋ ਰਹੀ ਹੈ ਤਾਂ ਆਪਾਂ ਉਹਨਾਂ ਨੂੰ ਕੀ ਕੁਝ ਮੈਸੇਜ ਦੇ ਕੇ ਜਾ ਰਹੇ ਹਾਂ, ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਕਿ ਸਾਨੂੰ ਸਤਬੀਰ ਸਿੰਘ ਹੋਰਾਂ ਨੇ, ਰਾਜ ਅੱਗੀ ਹੋਰਾਂ ਨੇ, ਹਰਮਨ ਸਿੰਘ ਹੋਰਾਂ ਨੇ ਦੱਸਿਆ ਕਿ ਜ਼ਰੂਰੀ ਨਹੀਂ ਕਿ ਵਾਇਰਸ ਇੱਕ ਅਹਿਮ ਅੱਜ ਦਾ ਵਿਸ਼ਾ ਬਣਿਆ ਹੋਇਆ, ਜ਼ਰੂਰੀ ਹੈ ਕਿ ਆਪਾਂ ਉਹਨੂੰ ਕਿਸ ਐਂਗਲ ਦੇ ਨਾਲ ਵੇਖ ਰਹੇ ਹਾਂ, ਅੱਜ ਸਾਡੇ ਪ੍ਰੈਕਟੀਕਲ ਹਾਲਾਤ ਕੀ ਹਨ, ਜਿਵੇਂ ਉਹਨਾਂ ਨੇ ਦੱਸਿਆ ਕਿ ਇੰਡਸਟਰੀ, ਰੀਅਲ ਇਸਟੇਟ ਬਿਜ਼ਨਸ, ਜਿੰਨੇ ਵੀ ਬਿਜ਼ਨਸ ਨੇ ਉਹ ਬੂਮ 'ਤੇ ਨੇ, ਲੇਕਿਨ ਵਾਕਈ ਹੀ ਉਹਨਾਂ ਨੇ ਇਸ ਗੱਲ ਨੂੰ ਵੀ ਮੰਨਿਆ ਕਿ ਸਮਾਲ ਬਿਜ਼ਨਸਿਸ ਨੂੰ ਜਿੱਥੇ ਨੁਕਸਾਨ ਹੋ ਰਿਹਾ, ਲੇਕਿਨ ਆਉਣ ਵਾਲੇ ਸਮੇਂ ਦੇ ਵਿੱਚ ਜਦ ਖੁਦ ਦੀ ਆਪ ਦੀ ਮੈਨੂਫੈਕਚਰਿੰਗ ਅਮੈਰੀਕਾ ਦੀ ਹੋਏਗੀ ਤਾਂ ਉਹ ਜੋਬਸ ਵੀ ਕ੍ਰੀਏਟ ਕਰੇਗੀ, ਅਤੇ ਮੈਂ ਜਿੱਥੇ ਧੰਨਵਾਦ ਆਪਣੇ ਸਾਰੇ ਸਪੀਕਰਸ ਦਾ ਦੇਣਾ ਚਾਹੁੰਦਾ, ਗੈਸਟਾਂ ਦਾ ਦੇਣਾ ਚਾਹੁੰਦਾ, ਉੱਥੇ ਮੈਂ ਧੰਨਵਾਦ ਓਮਨੀ ਮੋਰਟਗੇਜ ਦਾ ਵੀ ਕਰਨਾ ਚਾਹੁੰਦਾ, ਜਿੱਥੇ ਅੱਜ ਉਹਨਾਂ ਦੀ ਲਾਈਵ ਲੋਕੇਸ਼ਨ ਹਿਕਸਵਿਲ ਲੌਂਗ ਆਈਲੈਂਡ ਵਿਖੇ ਬੈਠ ਕੇ ਅਸੀਂ ਇਹ ਪ੍ਰੋਗਰਾਮ ਕੀਤਾ, ਔਰ ਇਸ ਵਾਇਰਸ ਦੇ ਬਾਰੇ, ਇਸ ਕੰਟਰੀ ਦੇ ਬਾਰੇ, ਔਰ ਆਉਣ ਵਾਲੇ ਰਾਸ਼ਟਰਪਤੀ ਬਾਰੇ ਅੱਜ ਅਸੀਂ ਗੱਲ ਕੀਤੀਆਂ। ਮੈਂ ਸੀਗਾ ਹਰਕੀਰਤ ਸਿੰਘ ਆਲੂਵਾਲੀਆ, ਇਹੀ ਸੀਗਾ ਅੱਜ ਦਾ ਮੁੱਦਾ। ਧੰਨਵਾਦ, ਸਤਿ ਸ੍ਰੀ ਅਕਾਲ।